ਪੰਜਾਬੀ ਰੇਡੀਓ ਯੂਐਸਏ ਸੌਂ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਹੀ ਸਤ ਸ੍ਰੀ ਅਕਾਲ ਸਭ ਨੂੰ ਜੀ ਅਨਵਾਖਦੇ ਆ ਸੋਤੇ ਪ੍ਰੋਗਰਾਮ ਦੇ ਵਿੱਚ ਆਪਸੋ ਦਾ ਸਵਾਗਤ ਹੈ ਪ੍ਰੋਗਰਾਮ ਇਸ ਵੇਲੇ ਉਤਾਂ ਆਪਾਂ ਕੁਝ ਗੱਲਾਂ ਕੁਝ ਗੀਤ ਜਿਹੜਾ ਲੈ ਕੇ ਹਾਜ਼ਰ ਹੁੰਨੇ ਆ ਪਰ ਇਸ ਮੌਕੇ ਇੱਕ ਆਪਾਂ ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਆ ਬਹੁਤ ਮਾੜੀ ਖਬਰ ਜਿਹੜੀ ਆ ਉਹ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਜਿਹੜੀ ਉਹ ਕਰਨ ਜਾ ਰਹੇ ਆ ਇੰਡੀਆਨਾ ਐਪਲਸ ਦੇ ਵਿੱਚ ਜਿਹੜੀ ਫੈਡੈਕਸ ਫੈਸਿਲਿਟੀ ਦੇ ਵਿੱਚ ਸ਼ੂਟਿੰਗ ਜਿਹੜੀ ਹੋਈ ਆ ਉਸ ਤੇ ਬਾਰੇ ਹੋਰ ਜਾਣਕਾਰੀ ਜਿਹੜੀ ਹੁਣ ਸਾਹਮਣੇ ਆ ਰਹੀ ਆ ਸਵੇਰ ਦੀਆਂ ਖਬਰਾਂ ਦੇ ਵਿੱਚ ਆਪਾਂ ਇਸ ਤੇ ਬਾਰੇ ਜਾਣਕਾਰੀ ਤਾਂ ਸਾਂਝੀ ਕੀਤੀ ਸੀਗੀ ਵੀ ਉੱਥੇ ਜਿਹੜੀ ਇੱਕ ਬੰਦੇ ਦੇ ਦੁਬਾਰਾ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹੜਾ ਇੰਡੀਆਨਾ ਐਪਲਸ 에ਰਪੋਰਟ ਦੇ ਨਜ਼ਦੀਕ ਫੈਡੈਕਸ ਦੀ ਗਰਾਊਂਡ ਫੈਸਿਲਿਟੀ ਸੀ ਉਸ ਤੇ ਵਿੱਚ ਤੇ ਹੁਣ ਉਸ ਤੇ ਬਾਰੇ ਹੋਰ ਜਾਣਕਾਰੀਆਂ ਪ੍ਰਾਪਤ ਜਿਹੜੀਆਂ ਹੋ ਰਹੀਆਂ ਤੇ ਮੇਰੇ ਨਾਲ ਹਰਜੋਤ ਸਿੰਘ ਜੀ ਸ਼ਾਮਲ ਨੇ ਹਰਜੋਤ ਸਿੰਘ ਜੀ ਜੀਐਨਓ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਐਨਓ ਜੀ ਤੇ ਹਰਜੋਤ ਸਿੰਘ ਜੀ ਜਿਹੜਾ ਇੰਡੀਆਨਾ ਪਲਸ ਦੇ ਵਿੱਚ ਸ਼ੂਟਿੰਗ ਹੋਈ ਆਈ ਥਿੰਕ ਕੱਲ ਰਾਤ ਦੀ ਇਹ ਸ਼ੂਟਿੰਗ ਦੀ ਉਦਾਂ ਇਹ ਖਬਰ ਸੀਗੀ ਤੇ ਹੁਣ ਲੇਟੈਸਟ ਜਿਹੜੀਆਂ ਇਸ ਤੇ ਵਿੱਚ ਖਬਰਾਂ ਜਿਹੜੀਆਂ ਇਹ ਆ ਰਹੀਆਂ ਆ ਵੀ ਇੱਕ 19 ਸਾਲਾਂ ਦਾ ਬ੍ਰੈਂਡਨ ਸਕਾਟ ਨਾਂ ਦਾ ਜਿਹੜਾ ਇੰਡੀਆਨਾ ਦਾ ਹੀ ਰਹਿਣ ਵਾਲਾ ਹੈਗਾ ਆ ਉਸ ਨੇ ਇਹ ਕਹਿੰਦੇ ਗੋਲੀਆਂ ਚਲਾਈਆਂ ਸੀਗੀਆਂ ਦੋ ਲਾ ਇਨਫੋਰਸਮੈਂਟ ਅਧਿਕਾਰੀਆਂ ਨੇ ਇਸ ਤੇ ਬਾਰੇ ਹੁਣ ਜਾਣਕਾਰੀ ਹੋਰ ਐਸੋਸੀਏਟ ਪ੍ਰੈਸ ਦੇ ਨਾਲ ਸਾਂਝੀ ਕੀਤੀ ਆ ਜੋ ਕੁਛ ਉਥੇ ਇਹ ਵਾਪਰਿਆ ਆ ਤੇ ਕਹਿੰਦੇ ਵੀ ਉਸ ਦੇ ਘਰ ਦੀ ਹੁਣ ਜਿਹੜਾ ਆ ਉਹ ਕਰ ਰਹੇ ਆ ਜਾਂਚ ਕਰ ਰਹੇ ਆ ਉਸ ਨੂੰ ਦੇਖ ਰਹੇ ਆ ਸਰਚ ਕੀਤਾ ਜਾ ਰਿਹਾ ਆ ਤੇ ਐਵੀਡੈਂਸ ਜਿਹੜਾ ਉਹ ਕੀਤਾ ਜਾ ਰਿਹਾ ਸਭ ਤੋਂ ਮਾੜੀ ਗੱਲ ਇਸ ਦੇ ਵਿੱਚ ਇਹ ਆ ਵੀ ਇਸ ਫੈਡੈਕਸ ਫੈਸਿਲਿਟੀ ਦੇ ਵਿੱਚ ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਕੰਮ ਕਰਦੇ ਸੀਗੇ ਆ ਰਹੀਆਂ ਰਿਪੋਰਟਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਇਹ 8 ਜਾਣਿਆਂ ਦੇ ਵਿੱਚੋਂ ਕਈ ਜਿਹੜੇ ਮਰਨ ਵਾਲੇ ਆ ਜੇ ਨੰਬਰ ਤਾਂ ਨਹੀਂ ਪਤਾ ਸਹੀ ਆંકડા ਤਾਂ ਨਹੀਂ ਪਤਾ ਵੀ ਕਿੰਨੇ ਉਹਨਾਂ ਦੇ ਵਿੱਚੋਂ ਆਪਰ ਕਈ ਜਿਹੜੇ ਇਸ ਦੇ ਵਿੱਚ ਪੰਜਾਬੀ ਦੱਸੇ ਜਾ ਰਹੇ ਆ ਅ ਸੋ ਬਹੁਤ ਹੀ ਮੰਦਪਾਗੀ ਦੁਖਦਾਈ ਜਿਹੜੀ ਇਹ ਘਟਨਾ ਇਸ ਟਾਈਮ ਸਾਹਮਣੇ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਸੋ ਬਿਲਕੁਲ ਇੱਕ ਗ੍ਰਾਮ ਬੈਸਟ ਮੀਡੀਆ ਉਹਦੇ ਵੱਲੋਂ ਖਬਰ ਆਈ ਆ ਵੀ ਮੈਜੋਰਟੀ ਦੇ ਵਿੱਚ ਜਿਹੜੇ ਆਪਣੇ ਸਿੱਖ ਪਰਿਵਾਰ ਸਿੱਖ ਮੈਂਬਰਸ ਆ ਹੁਣ ਇਹ ਨਹੀਂ ਪਤਾ ਵੀ ਬੰਦੇ ਕਿੰਨੇ ਆ ਲੇਡੀਜ਼ ਕਿੰਨੇ ਆ ਪਰ ਇਹ ਜਿਹੜੀ ਫੈਡੈਕਸ ਦੀ ਫੈਸਿਲਿਟੀ ਆ ਇਹਦੇ ਵਿੱਚ ਆਪਣੇ ਜਿਹੜੇ ਪੰਜਾਬੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੇ ਹੈਗੇ ਆ ਸੋ ਇਹ ਲੱਗਦਾ ਹੈ ਵੀ ਹੋ ਸਕਦਾ ਹੈ ਇਹ ਹੇਟ ਕਰਾਈਮ ਵਾਲਾ ਹੀ ਇਸ਼ੂ ਹੋਵੇ ਅ 8 ਜਾਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਆ ਤੇ ਕਾਫੀ ਜਾਣੇ ਜਿਹੜੇ ਫੱਟੜ ਵੀ ਹੈਗੇ ਆ ਅਜੇ ਤੱਕ ਨਾਮ ਡਿਸਕਲੋਜ਼ ਨਹੀਂ ਕੀਤੇ ਜਿਸ ਤਰ੍ਹਾਂ ਰਾਜਕਨ ਵੀਰ ਸਿੰਘ ਉਹਨਾਂ ਨੇ ਦੱਸਿਆ ਹੈ ਜਿਹੜਾ ਸ਼ੂਟਰ ਆ ਉਹਦਾ ਜਿਹੜਾ ਨਾਮ ਡਿਸਕਲੋਜ਼ ਕਰ ਦਿੱਤਾ ਗਿਆ ਤੇ ਉਸ ਦਿਨੇ ਵੀ ਸੁਸਾਈਡ ਕਹਿੰਦੇ ਬਾਅਦ ਦੇ ਵਿੱਚ ਕਰ ਲਿਆ ਸਰੋਤਿਆਂ ਨੂੰ ਦੱਸਤੀ ਜਾਈਏ ਇੰਡੀਅਨ ਐਪਲਸ ਅ ਇੰਡੀਆਨਾ ਦੇ ਵਿੱਚ ਕਹਿੰਦੇ ਭਈ 8000 ਤੋਂ ਲੈ ਕੇ 10000 ਤੱਕ ਜਿਹੜੀਆਂ ਸਿੱਖ ਫੈਮਿਲੀਜ਼ ਆ ਉਥੇ ਰਹਿੰਦੀਆਂ ਤੇ ਬਹੁਤ ਸਾਰੀਆਂ ਜਿਹੜੇ ਪਰਿਵਾਰ ਆ ਉਹ ਨਿਊਯਾਰਕ ਤੋਂ ਤੇ ਜਾਂ ਕੈਲੀਫੋਰਨੀਆ ਤੋਂ ਮੂਵ ਹੋਏ ਆ ਇਹ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਖਾਸ ਕਰਕੇ ਇੰਡੀਆਨਾ ਦੇ ਵਿੱਚ ਜੇ ਕਿਸੇ ਵੀ ਭੈਣ ਭਰਾ ਨੂੰ ਅਪਡੇਟ ਹੋਈ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਚ ਕਾਲ ਕਰ ਸਕਦੇ ਹੋ 408 272 5200 ਤੇ 408 272 5200 ਤੇ ਜੀ ਸੈਕੂਲੇਸ਼ਨ ਦੇ ਦੁਆਰਾ ਜਿਹੜੇ ਗ੍ਰਾਮ ਵੈਸਟ ਆ ਉਹਨਾਂ ਨੇ ਸਟੇਟਮੈਂਟ ਇਹ ਜਾਰੀ ਕੀਤੀ ਸੀ ਉਹ ਉਹਨਾਂ ਨੇ ਇਹ ਅਜੇ ਤ ਨਹੀਂ ਜਿਹੜਾ ਪਤਾ ਲੱਗਾ ਵੀ ਟੋਟਲ ਕਿੰਨੇ ਹੈ ਕਈ ਥਾਵਾਂ ਦੇ ਉਤੇ ਰਿਪੋਰਟਸ ਦੇ ਮੁਤਾਬਕ ਹੈ ਅਠਾਂ ਜਾਣਿਆਂ ਚੋਂ ਜਿਹੜੇ 7 ਜਾਣੇ ਆ ਉਹ ਸਿੱਖ ਜਿਹੜੇ ਉਹ ਦੱਸੇ ਜਾ ਰਹੇ ਆ ਨਾ ਹੀ ਜੀ ਉਹਨਾਂ ਦੇ ਪ੍ਰਵਾਦਾ ਦੇ ਜਾਂ ਉਹਨਾਂ ਦੇ ਨਾਮ ਜਿਹੜੇ ਹੋ ਸਾਹਮਣੇ ਆਏ ਆ ਸੋ ਬਹੁਤ ਹੀ ਗਮਗੀਨ ਮਾਹੌਲ ਆ ਇੱਕ ਹਿਸਾਬ ਦੇ ਨਾਲ ਵਿਸਕੌਨਸਿਨ ਓਕਰੀਕ ਦੀ ਇਹ ਜਿਹੜੀ ਸ਼ੂਟਿੰਗ ਉਹ ਯਾਦ ਦਿਵਾਉਂਦੀ ਆ ਆਪਾਂ ਅੱਜ ਸਵੇਰੇ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ 45 ਮਾਸ ਸ਼ੂਟਿੰਗਸ ਆਲਰੇਡੀ ਅਮਰੀਕਾ ਦੇ ਵਿੱਚ ਇਸ ਸਾਲ ਹੋ ਚੁੱਕੀਆਂ ਪਿਛਲੇ 6 ਹਫ਼ਤਿਆਂ ਦੇ ਵਿੱਚ 4 ਵੱਡੀਆਂ ਇਹ ਮਾਸ ਸ਼ੂਟਿੰਗਸ ਉਹ ਹੋਈਆਂ ਨੇ ਪਹਿਲੋਂ ਜਿਹੜੇ ਏਸ਼ੀਅਨ ਸਪਾਸ ਆ ਉਹਨਾਂ ਦੇ ਉੱਤੇ ਇੱਕ ਅਟਲਾਂਟਾ ਦੇ ਵਿੱਚ ਜਾਰਜੀਆ ਦੇ ਵਿੱਚ ਉਸ ਇੱਕ ਕਮਲੇ ਜਿਹੜੀਆਂ ਆ ਉਹ 테ਰਰਿਸਟੀ ਹੱਤਵਾਦੀ ਹੋਈ ਕਵਾਂਗੇ ਜਿਹੜਾ ਇਸੇ ਚੀਜ਼ ਦੇ ਵਿੱਚ ਜਿਹੜਾ ਹੋ ਗਿਆ ਫਿਰ ਬੋਲਡਰ ਕੋਲੋਰਾਡੋ ਦੇ ਵਿੱਚ ਉੱਥੇ ਉਸ ਨੇ ਜਿਹੜੀਆਂ ਚਲਾਈਆਂ ਤੇ ਅੱਜ ਜਿਹੜੀ ਕੱਲ ਰਾਤ ਫੈਡੈਕਸ ਦੀ ਇੰਡੀਆਨਾ ਪਲਸ ਤੇ ਵਿੱਚ ਜਿਹੜੀ ਆ ਇੱਥੇ ਗੋਲੀਬਾਰੀ ਹੋਈ ਆ ਜਿਸ ਦੇ ਵਿੱਚ 8 ਜਾਣੇ ਮਾਰੇ ਗਏ ਅਤੇ ਬਾਅਦ ਦੇ ਵਿੱਚ ਇਸ ਗੋਲੀ ਚਲਾਉਣ ਵਾਲੇ ਨੇ ਆਪਣੇ ਆਪ ਨੂੰ ਵੀ ਜਿਹੜਾ ਉਹ ਮਾਰ ਲਿਆ ਸੀ ਪੁਲਿਸ ਵਾਲੇ ਕਹਿੰਦੇ ਜਦ ਤੱਕ ਉਥੇ ਇਹ ਪਹੁੰਚਦੇ ਤੇ ਉਦੋਂ ਪਹਿਲਾਂ ਉਸਨੇ ਆਪਣੇ ਆਪ ਨੂੰ ਜਿਹੜਾ ਉਹ ਮਾਰ ਲਿਆ ਸੀਗਾ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਅੱਗੇ ਵੀ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਸ ਸੈਂਸਲੈਸ ਜਿਹੜੀ ਵਾਇਲੈਂਸ ਜਿਹੜੀ ਉਹ ਹੈਗੀ ਆ ਸੋ ਇਸ ਦੇ ਉੱਤੇ ਜੀ ਬਿਲਕੁਲ ਸਾਰੇ ਉੱਤੇ ਕੰਮ ਕਰਦੇ ਸੀ ਸੁਰਜਕਨਵੀਰ ਸਿੰਘ ਜੀ ਭਾਵੇਂ ਇਸ ਮੁਲਕ ਨੇ ਸਿੱਖਾਂ ਨੂੰ ਬਹੁਤ ਕੁਝ ਦਿੱਤਾ ਹੈਗਾ ਪਰ ਵਕ ਵਕ ਸਮੇਂ ਦੇ ਉੱਤੇ ਜਿਹੜੇ ਸਿੱਖਾਂ ਉਹ ਵਾਇਲੈਂਸ ਦਾ ਸ਼ਿਕਾਰ ਹੁੰਦੇ ਰਹੇ ਅਮਰੀਕਾ ਦੇ ਵਿੱਚ ਚਾਹੇ ਉਹ ਇਰਾਨ ਦੇ ਵੇਲੇ ਸੀ ਖਮੈਨੀ ਵੇਲੇ ਉਹ ਤੋਂ ਬਾਅਦ ਵੀ ਸਿੱਖ ਜਿਹੜੇ ਸ਼ਿਕਾਰ ਹੁੰਦੇ ਰਹੇ ਉਸ ਤੋਂ ਬਾਅਦ 911 ਤੋਂ ਬਾਅਦ ਤੇ ਲਾਸਟ ਜਿਹੜੀ ਅਗਸਤ 5 2012 ਨੂੰ ਜਿਹੜੀ ਮਾਸ ਸ਼ੂਟਿੰਗ ਓਕ ਕਰੀਕ ਗੁਰਦੁਆਰਾ ਸਾਹਿਬ ਬਿਸਕੌਂਸਟੈਂਚ ਹੋਈ ਸੀ ਉਸ ਟਾਈਮ ਦੇ ਉੱਤੇ ਜਿਹੜੇ ਆ 6 ਜਾਨਿਆਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਮੌਤ ਹੋਈ ਸੀ ਇੱਕ ਜਾਨੇ ਦੀ ਜਿਹੜੀ ਸਨ 2020 ਚ ਹੋਈ ਸੀ ਉਹ ਗ੍ਰੰਥੀ ਸਿੰਘ ਇੰਨਾ ਚਿਰ ਬਿਮਾਰ ਰਹਿ ਹਸਪਤਾਲ ਦੇ ਵਿੱਚ ਤੇ ਹੁਣ ਇਹ ਨਹੀਂ ਹਰਜੋਤ ਸਿੰਘ ਜੀ ਉਸ ਤੋਂ ਇਲਾਵਾ ਵੀ ਰਹਿ ਰਹਿ ਕੇ ਜਿੱਦਾਂ ਆਪਾਂ ਟਰੇਸੀ ਦੇ ਵਿੱਚ ਦੇਖਿਆ ਕੋਈ ਚਾਕੂ ਮਾਰ ਗਿਆ ਸੀ ਆਪਣੇ ਬਜ਼ੁਰਗ ਦੇ ਕੋਈ ੱੱਕਾ ਮਾਰ ਗਿਆ ਜਾਂਦਾ ਸੀਗਾ ਕੋਈ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਤੇ ਇੱਕ ਵਾਰੀ ਫੇਰ ਹੁਣ ਜਿਹੜੀ ਆ ਇਹ ਸ਼ੂਟਿੰਗ INDIANA ਦੇ ਵਿੱਚ ਵਾਪਰੀ ਆ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਬਹੁਤ ਹੁਣ ਆਪਣੀਆਂ ਜਿਹੜੀਆਂ ਪਰਿਵਾਰ ਭਾਈਚਾਰੇ ਦੇ ਜਿਹੜੇ ਲੋਕ ਆ ਉੱਥੇ ਰਹਿੰਦੇ ਆ ਜੇ ਕਿਸੇ ਦੇ ਕੋਲ ਹੋਰ ਵੀ ਕੋਈ ਜਾਣਕਾਰੀ ਇਸ ਤੇ ਬਾਬਤ ਹੋਵੇ ਤਾਂ ਜ਼ਰੂਰ ਜਿਹੜੀ ਉਹ ਆਪਣੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਸਕਦੇ ਆ ਦਿਲ ਝੰਜੋੜਿਆ ਜਾਂਦਾ ਆ ਜਦੋਂ ਇਦਾਂ ਦੀ ਖਬਰ ਆਉਂਦੀ ਆ ਜਿੱਦਾਂ ਆਪਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਬਹੁਤ ਵਾਰੀ ਗੱਲ ਕਰਦੇ ਆ ਵੀ ਸ਼ੂਟਿੰਗਸ ਇੰਨੀਆਂ ਕਿ ਜ਼ਿਆਦਾ ਹੁਣ ਇਹ ਹੋਣ ਲੱਗ ਗਈਆਂ ਨੇ ਆ ਜਦੋਂ ਇਟਸ ਟੂ ਕਲੋਜ਼ ਟੂ ਹੋਮ ਜਦੋਂ ਆਪਣੇ ਕਮਿਊਨਿਟੀ ਆਪਣੇ ਭਾਈਚਾਰੇ ਦੇ ਨਾਲ ਇਦਾਂ ਦੀ ਵਾਪਰਦੀ ਹੈ ਫਿਰ ਅਹਿਸਾਸ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ ਜਦੋਂ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਹੋ ਰਹੀ ਸੀ ਜਾਂ ਹੋਰ ਮਾਈਨੋਰਟੀਜ਼ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਕੋਈ ਸ਼ਦਾਈ ਬੰਦੇ ਇਦਾਂ ਦੇ ਕੰਮ ਜਿਹੜੇ ਉਹ ਕਰਦੇ ਆ ਉਦੋਂ ਇੰਨਾ ਨਹੀਂ ਪਤਾ ਲੱਗਦਾ ਜਦੋਂ ਖਾਸ ਕਰਕੇ ਜਦੋਂ ਆਪਣੇਆਂ ਦੇ ਉੱਤੇ ਨਜ਼ਦੀਕੀ ਤੌਰ ਦੇ ਉੱਤੇ ਜਿਹੜਾ ਉਹ ਲੱਗਦਾ ਹੈ ਤਾਂ ਉਦੋਂ ਜ਼ਿਆਦਾ ਜਿਹੜਾ ਪਤਾ ਲੱਗਦਾ ਹੈ ਟਵਿੱਟਰ ਦੇ ਉੱਤੇ ਆ ਰੀਸੈਂਟਲੀ ਇੱਕ ਜਿਹੜੇ ਹਰਜੋਤ ਸਿੰਘ ਜੀ ਕਾਫੀ ਜਿਹੜੇ ਫਾਰਮਰ ਪ੍ਰੋਟੈਸਟ ਨੂੰ ਲੈ ਕੇ ਇੱਕ ਲਾਇਰ ਲਾਇਰ ਹੈਗੀ ਆ ਉਸਨੇ ਦੱਸਿਆ ਵੀ ਉਸਦੇ ਪਰਿਵਾਰ ਦੇ ਹੀ ਕਾਫੀ ਜੀ ਜਿਹੜੇ ਐ ਇਸ ਦੇ ਵਿੱਚ ਕੰਮ ਕਰਦੇ ਸੀ ਉਸ ਦਾ ਇੱਕ ਅੰਕਲ ਉਹ ਮਸਾਂ ਹੀ ਕਹਿੰਦੇ ਆ ਟੇਬਲ ਦੇ ਪਿੱਛੇ ਲੋਕਾਂ ਦੀ ਜਾਨ ਬਚਾ ਕੇ ਉਹ ਆਇਆ ਤੇ ਟਰੋਮਾ ਬਹੁਤ ਵੱਡਾ ਹੈ ਹੁਣ ਦੇਖੋ ਹਰਜੋਤ ਸਿੰਘ ਜੀ ਇਹ ਬੰਦੇ ਦਾ ਕੰਮ ਕਰਨ ਗਏ ਆ ਤੇ ਕੰਮ ਕਰਦੇ ਕਰਦੇ ਇਸ ਬੰਦੇ ਨੇ ਜਿਹੜਾ ਇਹ ਬ੍ਰੈਂਡਨ ਨਾਂ ਦੇ ਜਿਹੜੇ ਆਤਵਾਦੀ ਨੇ ਦੇਖੋ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਹੁਣ ਚਾਹੇ ਕੋਈ ਇਹ ਜਿਹੜਾ ਚਿੱਟੇ ਮੂਲ ਵਾਲੇ ਆ ਨਾ ਜਿੰਦਾ ਮਰਜੀ ਇਸ ਨੂੰ ਸਪਿੰਨ ਕਰ ਲੈਣ ਜੀ ਮੈਂਟਲੀ ਅਫਸੈਟ ਸੀ ਜਾਂ ਇਹ ਸੀ ਜਾਂ ਉਹ ਸੀਗਾ ਸੋ ਇਨ ਦੀ ਐਂਡ ਇਹ ਇਸ ਪਾਸੇ ਵੱਲ ਨੂੰ ਬਹੁਤ ਧੀ ਗੱਲ ਜਿਹੜੀ ਉਹ ਜੁੜ ਜਾਂਦੀ ਹੈ ਤੇ ਆਪਾਂ ਦੇਖਿਆ ਵੀ ਜਦੋਂ ਇਦਾਂ ਦੀ ਹੁੰਦੀ ਹੈ ਤੇ ਫਿਰ ਅਧਿਕਾਰੀ ਵੀ ਕਈ ਵਾਰੀ ਇਸ ਨੂੰ ਹੇਟ ਕਰਾਇਮ ਵੱਲ ਨੂੰ ਜਿਹੜਾ ਉਹ ਘੱਟ ਜਿਹੜਾ ਉਹ ਜੋੜਦੇ ਨੇ ਜੇ ਕੋਈ ਹੋਰ ਮੂਲ ਦਾ ਹੁੰਦਾ ਤੇ ਇਹਨਾਂ ਨੇ ਝਾਟ ਇਸ ਨੂੰ ਹੁਣ ਤੱਕ ਅਤਵਾਦੀ ਵੀ ਐਲਾਨ ਦੇਣਾ ਸੀ ਤੇ ਕਈ ਕੁਸ਼ ਜਿਹੜਾ ਉਹਨਾਂ ਨੇ ਉਹ ਆਖ ਦੇਣਾ ਸੀਗਾ ਸੋ ਬਹੁਤ ਹੀ ਮੰਦਭਾਗੀ ਆ ਖਬਰ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਹੁਣ ਇਹ ਚਰਚਾ ਜਿਹੜੀ ਦੱਸੀ ਜਾ ਰਹੀ ਆ ਵੀ ਫੈਡਰਲ ਏਜੰਸੀਸ ਨੂੰ ਇਸ ਬੰਦੇ ਦੇ ਬਾਰੇ ਪਤਾ ਸੀਗਾ ਇੱਕ ਪਰਿਵਾਰਕ ਮੈਂਬਰ ਜਿਹੜਾ ਇਸ ਬ੍ਰੈਂਡਨ ਨਾਂ ਦਾ ਜਿਹੜਾ ਬੰਦਾ ਜਿਸਨੇ ਗੋਲੀਆਂ ਚਲਾਈਆਂ ਆ ਉਸਨੇ ਜਿਹੜੀ ਅਥਾਰਟिटीज ਨੂੰ ਜਿਹੜਾ ਕਹਿੰਦੇ ਆ ਵੀ ਉਹ ਦੱਸਿਆ ਸੀਗਾ ਵੀ ਪੋਟੈਂਸ਼ੀਅਲ ਫਾਰ ਵਾਇਲੈਂਸ ਇਸ ਦੇ ਵਿੱਚ ਹੈਗਾ ਆ ਤਿੰਨ ਲਾਫ ਐਨਫੋਰਸਮੈਂਟ ਸੋਰਸਸ ਨੇ ਇਸ ਤੇ ਬਾਰੇ ਜਾਣਕਾਰੀ ਦਿੱਤੀ ਆ ਹੁਣ ਸਵਾਲ ਫਿਰ ਇਹਨਾਂ ਦੇ ਉੱਤੇ ਵੀ ਉੱਠਦੇ ਆ ਵੀ ਭਾਈ ਕੀ ਕਰ ਰਹੇ ਆ ਜਿੰਨਾ ਲੋਕਾਂ ਨੂੰ ਆਲਰੇਡੀ ਪਤਾ ਆ ਉਹ ਉਹਨਾਂ ਤੱਕ ਫਿਰ ਹਥਿਆਰ ਪਹੁੰਚ ਜਾਂਦੇ ਆ ਤੇ ਹਥਿਆਰ ਪਹੁੰਚ ਕੇ ਬਾਅਦ ਦੇ ਵਿੱਚ ਆ ਦੇਖੋ ਕਰਮ ਜਿਹੜਾ ਆ ਉਹ ਕਰਦੇ ਆ ਤੇ ਇਹਨਾਂ ਲੋਕਾਂ ਦਾ ਕੀ ਕਸੂਰ ਜਿਹੜੇ ਕੰਮ ਤੇ ਜਿਹੜੇ ਜਾ ਰਹੇ ਆ ਤੇ ਹੁਣ ਤੁਸੀਂ ਦੱਸੋ ਹਰਜੋਤ ਸਿੰਘ ਜੀ ਕੋਈ ਬੰਦਾ ਕਿਤੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਵੀ ਕੋਈ ਸਟੋਰ ਦੇ ਵਿੱਚ ਗਿਆ ਕੋਈ ਸਪਾ ਚ ਵਿੱਚ ਗਿਆ ਕੋਈ ਚਰਚ ਦੇ ਵਿੱਚ ਗਿਆ ਕੋਈ ਗੁਰਦੁਆਰੇ ਦੇ ਵਿੱਚ ਗਿਆ ਆ ਹੁਣ ਇਹਤੇ ਕੰਮ ਕਰ ਰਹੇ ਅਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਰ-ਵਾਰ ਜਿਹੜੀਆਂ ਹੋ ਵਾਪਰੀਆਂ ਇਸ ਦੇ ਉੱਤੇ ਹੁਣੇ-ਹੁਣੇ ਪ੍ਰੈਜ਼ੀਡੈਂਟ ਬਾਈਡਨ ਹੁਣਾ ਦਾ ਵੀ ਜਿਹੜਾ ਮੋੜ ਬਿਆਨ ਆਇਆ ਉਹਨਾਂ ਨੇ ਕਿਹਾ ਵੀ ਮੈਂ ਤੇ ਜਿਹੜੀ ਉਪ ਰਾਸ਼ਪਤੀ ਹੈਰਿਸ ਆ ਇਸ ਸ਼ੂਟਿੰਗ ਦੇ ਬਾਰੇ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਆ ਤੇ ਅਸੀਂ ਜਿਹੜਾ ਜੀ ਹੁਣ ਪ੍ਰਮਾਤਮਾ ਕੀ ਅਰਦਾਸ ਜਿਹੜੀ ਉਹਨਾਂ ਨੇ ਕੀਤੀ ਆ ਲਵਡ ਵਾਂਸ ਦੇ ਲਈ ਤੇ ਲਾਸ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਪ੍ਰਮਾਤਮਾ ਬਖਸ਼ਾ ਉਹਨਾਂ ਨਿਵਾਸ ਬਖਸ਼ੇ ਤੇ ਜਿਹੜੇ ਫਟੜਨੇ ਉਹ ਜਲਦੀ ਜਿਹੜੇ ਹੋ ਠੀਕ ਹੋਣ ਯਕੀਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਵੀ ਕੈਨ ਐਂਡ ਮਸਟ ਡੂ ਟੂ ਰਿਡਿਊਸ ਗਨ ਵਾਇਲੈਂਸ ਐਂਡ ਸੇਵਸ ਲਾਈਫ ਹੋਰ ਕਿੰਨੀਆਂ ਜਾਨਾਂ ਜਾਣ ਗਈਆਂ ਵੀ ਅਜਿਹੇ ਸ਼ਦਾਈ ਬੰਦਿਆਂ ਤੱਕ ਜਿਹੜੇ ਹਥਿਆਰ ਆ ਉਹ ਪਹੁੰਚਣੇ ਜਿਹੜੇ ਉਹ ਬੰਦ ਹੋਣ ਲਾ ਬਾਈਡਿੰਗ ਗਨ ਜਿਹੜੇ ਰੱਖਦੇ ਨੇ ਉਹਨਾਂ ਦੇ ਲਈ ਵੀ ਅਜਿਹੇ ਜਿਹੜੇ ਬੰਦੇ ਆ ਉਹ ਖਤਰੇ ਦਾ ਕਾਰਨ ਜਿਹੜਾ ਹੈਗਾ ਆ ਵੀ ਜਿਹੜੀ ਸੈਕੰਡ ਅਮੈਂਡਮੈਂਟ ਹੈਗੀ ਆ ਆਪਾਂ ਨੂੰ ਇਸ ਚੀਜ਼ ਨੂੰ ਰੱਖਣ ਦੀ ਆਗਿਆ ਜਿਹੜੀ ਦਿੰਦੀ ਆ ਅਜਿਹੇ ਜਿਹੜੇ ਸ਼ਦਾਈ ਬੰਦਿਆਂ ਤੱਕ ਜਦੋਂ ਲਗਾਤਾਰ ਗੰਨਸ ਜਿਹੜੀਆਂ ਆ ਅਸਲਾ ਜਿਹੜਾ ਉਹ ਪਹੁੰਚਦਾ ਜਾ ਰਿਹਾ ਉਹਦੇ ਨਾਲ ਉਹਨਾਂ ਦੀ ਵੀ ਉਸ ਅਮੈਂਡਮੈਂਟ ਨੂੰ ਜਿਹੜਾ ਲਗਾਤਾਰ ਖਤਰਾ ਜਿਹੜਾ ਉਹ ਬਣਦਾ ਜਾ ਰਿਹਾ ਸੋ ਇਹ ਬਹੁਤ ਜ਼ਿਆਦਾ ਇੱਕ ਵੱਡੀ ਜਿਹੜੀ ਇਸ ਟਾਈਮ ਸਮੱਸਿਆ ਅਮਰੀਕਾ ਦੇ ਵਿੱਚ ਉੱਪਰ ਕੇ ਆ ਰਹੀ ਆ ਦੁਨੀਆ ਦੇ ਵਿੱਚ ਇੱਕੋ ਇੱਕ ਇਹ ਡਿਵੈਲਪਡ ਨੇਸ਼ਨ ਆ ਜਿੱਥੇ ਹਰ ਮਹੀਨੇ ਜਿਹੜੀ ਆ ਕੋਈ ਨਾ ਕੋਈ ਮਾਸ ਸ਼ੂਟਿੰਗ ਆ ਉਹ ਹੁੰਦੀ ਜਾ ਰਹੀ ਆ ਮਾਸ ਸ਼ੂਟਿੰਗਸ ਇੰਨੀਆਂ ਹੁੰਦੀਆਂ ਕਈਆਂ ਦੀ ਤਾਂ ਖਬਰ ਤੱਕ ਵੀ ਨਹੀਂ ਬਣਦੀ ਇਹ ਹਾਲ ਜਿਹੜੇ ਆ ਇਸ ਟਾਈਮ ਉਹ ਬਣ ਚੁੱਕੇ ਹੋਏ ਨੇ ਸੋ ਬਿਲਕੁਲ ਜਿਹੜੀ ਲੇਟੈਸਟ ਖਬਰ ਆ ਰਹੀ ਆ ਵੀ 19 ਸਾਲਾਂ ਦੇ ਜਿਹੜਾ ਹੈਗਾ ਆ ਉਸ ਨੂੰ ਜਿਹੜਾ ਉਹਦਾ ਨਾਮ ਡਿਸਕਲੋਜ਼ ਕਰ ਦਿੱਤਾ ਗਿਆ ਹੈ ਬ੍ਰੈਂਡਨ ਸਕਾਟ ਹੋਲ ਉਹ ਵੀ ਇੰਡੀਆਨਾ ਦਾ ਹੀ ਆ ਬੜੀ ਮਾੜੀ ਖਬਰ ਆ ਪੰਜਾਬੀ ਕਮਿਊਨਿਟੀ ਦੇ ਲਈ ਮੈਜੋਰਟੀ ਦੇ ਵਿੱਚ ਕਹਿੰਦੇ ਵੀ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ ਸ਼ੂਟਿੰਗ ਦੇ ਵਿੱਚ ਉਹ ਪੰਜਾਬੀ ਸੀਗੇ ਇੰਡੀਅਨ ਐਪਲਸ ਪੁਲਿਸ ਨੇ ਹਜੇ ਮੋਟਿਵ ਨਹੀਂ ਉਹਦਾ ਲੱਭਿਆ ਵੀ ਉਹਦਾ ਕੀ ਕਾਰਨ ਸੀ ਜਿਹਦੇ ਕਰਕੇ ਉਹਨਾਂ ਗੋਲੀਆਂ ਚਲਾਈਆਂ ਹੈਗੀਆਂ ਇੰਡੀਅਨ ਐਪਲਸ ਡਿਪਟੀ ਪੁਲਿਸ ਚੀਫ ਕ੍ਰੈਗ ਮੈਕਾਰਟ ਜਿਹੜੇ ਆ ਉਹਨਾਂ ਨੇ ਇਹ ਕਿਹਾ ਭੀ ਪਾਰਕਿੰਗ ਲੋਟ ਜਿਹੜਾ ਇਹ ਫੈਡੈਕਸ ਦੀ ਫੈਸਿਲਿਟੀ ਆ ਵੱਡਾ ਉਹਨਾਂ ਦਾ ਪ੍ਰੋਸੈਸਿੰਗ ਪਲਾਂਟ ਹੈਗਾ ਆ ਪਾਰਕਿੰਗ ਲੋਟ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਉਹ ਤੋਂ ਬਾਅਦ ਫਿਰ ਉਹ ਬਿਲਡਿੰਗ ਦੇ ਵਿੱਚ ਚਲਾ ਗਿਆ ਤੇ ਆਪਣੀ ਫਾਇਰਿੰਗ ਉਹਨੇ ਜਾਰੀ ਰੱਖੀ ਕਿਸੇ ਤਰ੍ਹਾਂ ਵੀ ਉਹਦਾ ਜਿਹੜਾ ਵਿਰੋਧ ਨਹੀਂ ਹੋਇਆ ਹੁਣ ਦੇਖੋ ਗੋਲੀ ਜਿਹਦੇ ਕੋ ਰਾਈਫਲ ਐਡੀ ਹੋਊਗੀ ਤਾਂ ਵਿਰੋਧ ਕਿਨ ਕਰਨਾ ਹੈ ਪਰ ਬਾਅਦ ਦੇ ਵਿੱਚ ਉਹਨ ਆਪਣਾ ਜਿਹੜਾ ਆ ਸੁਸਾਈਡ ਕਰ ਲਿਆ ਹੈਗਾ ਇਹ ਸਾਰਾ ਕੁਝ ਕਹਿੰਦੇ ਵੀ ਕੁਝ ਮਿੰਟਾਂ ਦੇ ਵਿੱਚ ਹੀ ਵਾਪਰ ਗਿਆ ਕੱਲ ਰਾਤੀ 10:30 ਵਜੇ ਇੰਡੀਅਨ ਐਪਲਸ ਦੇ ਵਿੱਚ ਇਹ ਵਾਪਰਿਆ ਹੈਗਾ ਤੇ ਅੱਜ ਹੁਣੇ-ਹੁਣੇ ਜਿਹੜੀ ਖਬਰ ਦਿੱਤੀ ਆ ਉੱਥੇ ਦੇ ਪੁਲਿਸ ਚੀਫ ਰੈਂਡਲ ਟੇਲਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਸਿਗਨੀਫੀਕੈਂਟ ਨੰਬਰ ਆਫ ਏਮਪਲਾਈਜ਼ ਕਹਿੰਦੇ ਵੀ ਇਸ ਫੈਸਿਲਿਟੀ ਦੇ ਉੱਤੇ ਸਿੱਖ ਕਮਿਊਨਿਟੀ ਦੇ ਕੰਮ ਕਰਦੇ ਹੈਗੇ ਆ ਤੇ ਬਾਅਦ ਦੇ ਵਿੱਚ ਸਿੱਖ ਕੋਲੀਸ਼ਨ ਵਾਲਿਆਂ ਨੇ ਇਹਨੂੰ ਕਨਫਰਮ ਵੀ ਕੀਤਾ ਹੈਗਾ ਹਜੇ ਤੱਕ ਇਹ ਨਹੀਂ ਪਤਾ ਲੱਗਾ ਹੈਗਾ ਕਿ ਉਹਨਾਂ ਦੇ ਵਿੱਚੋਂ ਕਿੰਨੇ ਜਾਣੇ ਜਿਹੜੇ ਸਿੱਖ ਸੀ ਜਿਨ੍ਹਾਂ ਦੀ ਇਸ ਇਸ ਤਰ੍ਹਾਂ ਨਾਲ ਮੌਤ ਹੋਈ ਹੈਗੀ ਆ ਫੱਟੜ ਵੀ ਕਾਫੀ ਲੋਕ ਹੋਇਆ ਟੋਟਲ 8 ਜਾਣਿਆਂ ਦੀ ਇੰਡੀਆਨਾ ਦੇ ਵਿੱਚ ਇੰਡੀਅਨ ਐਪਲਸ ਫੈਡੈਕਸ ਦੀ ਫੈਸਿਲਿਟੀ 'ਚ ਗੋਲੀਆਂ ਮਾਰ ਕੇ ਜਦਾਂ ਉਹਨਾਂ ਨੂੰ ਮਾਰ ਦਿੱਤਾ ਮਾਰ ਦਿੱਤਾ ਗਿਆ ਬੜੀ ਛੋਟੀ ਜਿਹੀ ਕਮਿਊਨਿਟੀ ਇੰਡੀਅਨ ਐਪਲਸ ਇੰਡੀਆਨਾ ਚ ਰਹਿੰਦੀ ਆ 8000 ਤੋਂ ਲੈ ਕੇ 10000 ਤੱਕ ਉੱਥੇ ਦੇ ਮੀਰ ਮੁਤਾਬਕ ਕਹਿੰਦੇ ਵੀ ਇੰਨੀ ਕੁ ਪੋਪੂਲੇਸ਼ਨ ਸਿੱਖਾਂ ਦੀ ਹੈਗੀ ਆ ਮжоਰਿਟੀ ਚ ਸਿੱਖੇ ਹੀ ਆ ਉੱਥੇ ਤੇ ਨਿਊਯਾਰਕ ਤੋਂ ਤੇ ਕੈਲੀਫੋਰਨੀਆ ਤੋਂ ਬਹੁਤ ਸਾਰੇ ਆਪਣੇ ਲੋਕ ਜਿਹੜੇ ਆ ਇੰਡੀਅਨ ਐਪਲਸ ਇੰਡੀਆਨਾ ਦੇ ਵਿੱਚ ਪਿਛਲੇ 5-7 ਸਾਲਾਂ ਦੇ ਵਿੱਚ ਮੂਵ ਹੋਏ ਹੈਗੇ ਆ ਜੀ ਤੇ ਹਰਜੋਤ ਸਿੰਘ ਜੀ ਕੋਈ ਕਿਸੇ ਨੇ ਆਪਣੇ ਜਿਹੜੇ ਫੇਸਬੁੱਕ ਦੇ ਉੱਤੇ ਕੋਈ ਗਗਨਦੀਪ ਸਿੰਘਾ ਉਹ ਲਿਖ ਰਿਹਾ ਕਹਿੰਦੇ ਵੀ ਇਸ ਨੂੰ ਸ਼ਾਇਦ 2 ਦਿਨ ਪਹਿਲਾਂ ਇਸ ਬਰੈਂਡਨ ਨੂੰ ਫਾਇਰ ਕੀਤਾ ਸੀ ਮੇਬੀ ਡਿਸਗਰੰਟਲਡ ਏਮਪਲੋਈ ਜਿਹੜਾ ਹੋਵੇ ਤੇ ਉਸਨੇ ਗੁੱਸਾ ਜਿਹੜਾ ਆ ਇਸ ਤਰੀਕੇ ਦੇ ਨਾਲ ਜ਼ਾਹਰ ਕੀਤਾ ਇਹ ਜੀ ਪੁਸ਼ਟੀ ਨਹੀਂ ਕਰ ਰਹੇ ਇਹ ਕਿਸੇ ਨੇ ਆਪਣੇ ਜਿਹੜੇ ਫੇਸਬੁੱਕ ਦੇ ਉੱਤੇ ਜਿਹੜਾ ਹੁਣ ਚੱਲ ਰਿਹਾ ਪ੍ਰੋਗਰਾਮ ਉਸ ਦੇ ਵਿੱਚ ਜਿਹੜਾ ਇਹ ਲਿਖਿਆ ਬਹੁਤ ਹੀ ਦੁੱਖ ਵਾਲੀ ਇਹ ਘਟਨਾ ਜਿਹੜੀ ਹਰਜੋਤ ਸਿੰਘ ਜੀ ਇਹ ਵਾਪਰੀ ਆ ਆ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਇੱਥੇ ਬਣਨਾ ਹੈਗਾ ਪਰ ਸਿਚੁਏਸ਼ਨ ਜਿਹੜੀ ਹੈ ਇਹਨਾਂ ਪਰਿਵਾਰਾਂ ਦਾ ਲਈ ਤਾਂ ਹੁਣ ਦੇਖੋ ਇਹਨਾਂ ਦੇ ਪਰਿਵਾਰ ਤਾਂ ਜਿਹੜੇ ਇੱਕ ਸਾਹ ਦੇ ਨਾਲ ਉਜੜ ਜਿਹੜੇ ਗਏ ਆ ਕੰਮ ਕਰਦੇ ਹੋਣ ਕੀ ਪਤਾ ਕੋਈ ਇਕੱਲਾ- ਇਕੱਲਾ ਹੀ ਜੀਵ ਹੋਵੇ ਪਰਿਵਾਰ ਦਾ ਜਿਹੜਾ ਉਹ ਕੰਮ ਕਰ ਰਿਹਾ ਹੋਵੇ ਉੱਥੇ ਕਰਨ ਵਾਲਾ ਉਹੀ ਮੇਨ ਕੰਮ ਕਰਨ ਵਾਲਾ ਹੋਵੇ ਤਾਂ ਇਹ ਸਥਿਤੀ ਜਿਹੜੀ ਹੈ ਇਹ ਵਾਪਰੀ ਆ ਸੋ ਅ ਇਦਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਹੁਣ ਆਪਾਂ ਦੇਖ ਰਹੇ ਆ ਨਾ ਵੀ ਜਿਹੜੀਆਂ ਸ਼ੂਟਿੰਗਸ ਹੋ ਰਹੀਆਂ ਇਸ ਦੇ ਵਿੱਚ ਇਹ ਤਕਰੀਬਨ ਕਈਆਂ ਦੇ ਵਿੱਚ ਹੁਣ ਕਾਮਨ ਚੀਜ਼ ਜਿਹੜੀ ਆ ਰਹੀ ਆ ਵੀ ਇਹ ਜਿਹੜੇ ਸ਼ੂਟਰਸ ਆ ਦੇ ਆਰ ਸਲਿੱਪਿੰਗ ਥਰੂ ਦਾ ਕ੍ਰੈਕਸ ਵੀ ਇਹਨਾਂ ਦੇ ਬਾਰੇ ਅਥਾਰਟिटीज ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਇਦਾਂ ਦੀਆਂ ਘਟਨਾਵਾਂ ਨੂੰ ਇਦਾਂ ਦੇ ਕਾਂਡ ਕਰਨ ਦੇ ਨੂੰ ਅੰਜਾਮ ਦੇਣ ਦੇ ਵਿੱਚ ਇੱਕ ਕਾਮਯਾਬ ਜਿਹੜੀ ਉਹ ਹੋ ਰਹੇ ਨੇ ਸੋ ਇਹ ਇਹ ਹੁਣ ਜਿਹੜੀ ਸਥਿਤੀ ਆ ਇਸ ਟਾਈਮ ਗੰਟਰੀ ਹੈਗੀ ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਮਾੜੀ ਘਟਨਾ ਜਿਹੜੀ ਵਾਪਰੀ ਹੈਗੀ ਆ ਗਨ ਵਾਇਲੈਂਸ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪੀ ਐਪੀਡੈਮਿਕ ਹੈਗਾ ਯੂ ਐਸ ਏ ਦੇ ਵਿੱਚ ਬਹੁਤ ਸਾਰੇ ਅਮਰੀਕਨ ਹਰ ਰੋਜ਼ ਐਵਰੀ ਸਿੰਗਲ ਡੇ ਗਨ ਵਾਇਲੈਂਸ ਦਾ ਸ਼ਿਕਾਰ ਹੋ ਰਹਾ ਹੈ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਵੀ ਇਹ ਕਿਹਾ ਵੀ ਉਹ ਹਾਰਟ ਬ੍ਰੋਕਨ ਤੇ ਹੌਰੀਫਾਈਡ ਹੋਈ ਹੈਗੀ ਆ ਇਸ ਸ਼ੂਟਿੰਗ ਤੋਂ ਬਾਅਦ ਬਹੁਤ ਸਾਰੀਆਂ ਜਿਹੜੇ ਪਰਿਵਾਰ ਆ ਉਹ ਇਸ ਸ਼ੂਟਿੰਗ ਦੇ ਨਾਲ ਅਫੈਕਟਡ ਹੋਣਗੇ ਤੇ ਰਾਜਗਨਵੀਰ ਸਿੰਘ ਜੀ ਕਹਿੰਦੇ ਜਿਹੜੀ ਫੈਸਿਲਿਟੀ ਹੈਗੀ ਆ ਫੈਡੈਕਸ ਦੀ ਤੇ ਜਿਹੜੇ EMPLOYES ਉੱਥੇ ਕੰਮ ਕਰਦੇ ਆ ਉਹਨਾਂ ਨੂੰ ਸੈਲਫੋਨ ਅੰਦਰ ਨਹੀਂ ਲਿਜਾਣ ਦਿੱਤੇ ਜਾਂਦੇ ਸੋ ਮੋਸਟਲੀ ਜਿਹੜੇ ਉਹਨਾਂ ਦੇ ਸੈਲਫੋਨ ਆ ਐਂਟਰੀ ਦੇ ਉੱਤੇ ਜਿਹੜੇ ਉਹਨੇ ਸਟੋਰੇਜ ਬਣਾਇਆ ਉੱਥੇ ਰੱਖ ਲੈਂਦੇ ਆ ਤੇ ਜਦੋਂ ਹੀ ਕਹਿੰਦੇ ਭਈ ਇਹਦਾ ਰੋਲਾ ਪਿਆ ਗੰਦਾ ਸ਼ੂਟਿੰਗ ਦਾ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਜਿਹੜੇ ਮੈਂਬਰ ਪਰਿਵਾਰਾਂ ਦੇ ਉੱਤੇ ਕੰਮ ਕਰਦੇ ਕੰਟੈਕਟ ਕਰਨ ਦੀ ਗੱਲ ਵੀ ਕੀਤੀ ਤੇ ਉਹਨਾਂ ਤੋਂ ਕਿਸੇ ਨੂੰ ਜਿਹੜਾ ਕੰਟੈਕਟ ਨਹੀਂ ਹੋਇਆ ਹੈਗਾ ਹਜੇ ਤੱਕ ਇਹ ਦੱਸਦੇ ਜਾਈਏ ਪਈ 8 ਜਾਣਿਆਂ ਦੀ ਮੌਤ ਹੋ ਚੁੱਕੀ ਆ ਮੈਜੋਰਟੀ ਚ ਸਿੱਖ ਹੈਗੇ ਆ ਹਜੇ ਤੱਕ ਨਾਮ ਡਿਸਕਲੋਜ਼ ਨਹੀਂ ਕੀਤੇ ਟਾਈਮ ਲੱਗੇਗਾ ਹਰ ਜੋ ਸੀ ਕਿਉਂਕਿ ਪਹਿਲੋ ਪਰਿਵਾਰ ਦੇ ਨਾਲ ਗੱਲ ਕਰਨੀ ਇਸੇ ਤਰ੍ਹਾਂ ਇੱਕ ਪਰਮਿੰਦਰ ਸਿੰਘ ਉਹਨਾਂ ਨੇ ਦੱਸਿਆ ਪਈ ਉਹਨਾਂ ਦੀ ਇੱਕ ਨੀਸ ਜਿਹੜੀ ਆ ਭਤੀਜੀ ਆ ਉਹ ਉਥੇ ਕੰਮ ਕਰਦੀ ਸੀ ਉਹਦੀ ਕਹਿੰਦੇ ਪਈ ਬਾਹ ਦੇ ਵਿੱਚ ਜਿਹੜਾ ਸ਼ਾਰਟ ਗਨ ਲੱਗੀ ਆ ਲੱਕਲੀ ਕਹਿੰਦੇ ਪਈ ਉਹ ਬਚ ਗਈ ਹੈਗੀ ਉਹ ਹਸਪਤਾਲ ਦੇ ਵਿੱਚ ਹੈਗੀ ਆ ਤੇ ਐਰਿਕ ਹੌਲਕਮ ਜਿਹੜਾ ਗਵਰਨਰ ਆ ਇੰਡੀਆਨਾ ਦਾ ਉਸ ਨੇ ਪੂਰੀ ਸਟੇਟ ਦੇ ਵਿੱਚ ਜਿਹੜੇ ਫਲੈਗ ਆ ਉਹਨਾਂ ਨੂੰ ਹਾਫ ਸਟਾਫ ਹਾਫ ਲੋ ਹਾਫ ਸਟਾਫ ਕਰਨ ਦਾ ਆਰਡਰ ਦੇ ਦਿੱਤਾ ਹੈਗਾ ਆ ਜੀ ਹਰਜੋ ਸਿੰਘ ਜੀ ਇਸ ਗੋਲੀਬਾਰੀ ਦੀ ਘਟਨਾ ਚ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਇਹ ਜਿਹੜੀ ਸ਼ੂਟਿੰਗ ਆ ਉਸ ਨੇ ਬਾਹਰ ਹੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਚਾਰ ਜਾਣੇ ਬਾਹਰ ਤੇ ਚਾਰ ਜਾਣੇ ਅੰਦਰ ਆ ਜਿਹੜੇ ਆ ਗੋਲੀਬਾਰੀ ਦੇ ਵਿੱਚ ਇਹ ਮਾਰੇ ਗਏ ਆ ਇੰਡੀਆਨਾ ਆ ਜਿਹੜੀ ਆ ਇੰਡੀਅਨ ਇੰਡੀਅਨ ਪੁਲਿਸ ਪੁਲਿਸ ਜਿਹੜੀ ਆ ਉਹਨਾਂ ਦੇ ਜਿਹੜੇ ਡਿਪਟੀ ਚੀਫ ਆ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਇਹ 8 ਜਾਣਿਆਂ ਤੋਂ ਇਲਾਵਾ ਜਿਹੜਾ ਆ ਜਿਹੜਾ ਕਥਿਤ ਅ ਸ਼ੂਟਰ ਸੀਗਾ ਉਸਨੇ ਵੀ ਆਪਣੇ ਆਪ ਨੂੰ ਜਿਹੜਾ ਉਹ ਮਾਰ ਲਿਆ ਪੁਲਿਸ ਕਹਿ ਰਹੀ ਹੈ ਵੀ ਹਾਲ ਦੀ ਘੜੀ ਉਹਨਾਂ ਨੂੰ ਜਿਹੜਾ ਇਸ ਦੇ ਬਾਰੇ ਇਸ ਦੇ ਕੀ ਪਿੱਛੇ ਕਾਰਨ ਆ ਉਸ ਦੇ ਬਾਰੇ ਕੁਝ ਵੀ ਨਹੀਂ ਪਤਾ ਇਹ ਬਹੁਤ ਸਾਰੀਆਂ ਜਿਹੜੀਆਂ ਕਿਆਸ ਰਹੀਆਂ ਜਿਹੜੀਆਂ ਇਸ ਟਾਈਮ ਲੱਗ ਰਹੀਆਂ ਨੇ ਸੋ ਰਾਈਫਲ ਦੀ ਵਰਤੋਂ ਕਰਤੇ ਹੋਏ ਜਿਹੜੀ ਉਸਨੇ ਇਹ ਸ਼ੂਟਿੰਗ ਕੀਤੀ ਆ ਅਜੇ ਦੱਸਿਆ ਨਹੀਂ ਆ ਵੀ ਕਿਸ ਪ੍ਰਕਾਰ ਦੀ ਜਿਹੜੀ ਰਾਈਫਲ ਆ ਉਸਨੇ ਇਹ ਵਰਤੀ ਸੀਗੀ ਸੋ ਅਜੀ ਆਇਡੈਂਟੀਫਾਈ ਵੀ ਸਾਰੇ ਜਾਣੇ ਵਿਕਟਿਮ ਆ ਉਹ ਨਹੀਂ ਜਿਹੜੇ ਉਹ ਕਿਤੇ ਗਏ ਮੈਰੀਨ ਕਾਉਂਟੀ ਦੇ ਵਿੱਚ ਆਈ ਥਿੰਕ ਇਹ ਪੈਂਦਾ ਹੈਗਾ ਸੋ ਉੱਥੋਂ ਦੇ ਜਿਹੜੇ ਕਾਰਨਰ ਦੇ ਆਫਿਸ ਆ ਉਹਨਾਂ ਨੇ ਹੀ ਬਾਅਦ ਦੇ ਵਿੱਚ ਇਹ ਸਾਰਾ ਪ੍ਰੋਸੈਸ ਉਹ ਕਰਨਾ ਹੈਗਾ ਸੋ ਮੋਟਿਵ ਦੇ ਬਾਰੇ ਵੀ ਅਜੇ ਹਾਲ ਦੀ ਘੜੀ ਨਹੀਂ ਪਤਾ ਐਫ ਪੀ ਆਈ ਦੇ ਸਪੈਸ਼ਲ ਏਜੰਟ ਵੀ ਜਿਹੜੇ ਹੁਣ ਇਸ ਦੇ ਵਿੱਚ ਲੱਗ ਚੁੱਕੇ ਨੇ ਸੋ ਇਹ ਹੁਣ ਆ ਦੇਖਣਾ ਹੈ ਵਾਈਟ ਹਾਊਸ ਦੀ ਪ੍ਰੈਸ ਸਖਤਰ ਜੈਨ ਸਾਹਿਬ ਕੀ ਨੂੰ ਜਦੇ ਇਸਤੇ ਬਾਰੇ ਪੁੱਛਿਆ ਕਿਹਾ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਰਾਸ਼ਪਤੀ ਆ ਉਹ ਹੌਰੀਫਾਈਡ ਸੀਗੇ ਤੇ ਉਹਨਾਂ ਨੇ ਹੁਣ ਰੀਸੈਂਟਲੀ ਟਵੀਟ ਕਰਕੇ ਵੀ ਜਿਹੜਾ ਇਹ ਕਿਹਾ ਹੈ ਦਾ ਵਾਇਲੈਂਸ ਮਸਟ ਜਿਹੜਾ ਉਹ ਐਂਡ ਕਮਲਾ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਇਹਨਾਂ ਨੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਨੂੰ ਹੁਣ ਇਸ ਤੋਂ ਕੁਝ ਸਮਾਂ ਬਾਅਦ ਦੇ ਵਿੱਚ ਮਿਲਣਾ ਸੀਗਾ ਤੇ ਫਿਰ ਜਿਹੜਾ ਇਦਾਂ ਹੋਊਗਾ ਉਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਵਾਈਟ ਹਾਊਸ ਦੇ ਵਿੱਚ ਜਿਹੜੇ ਫਲੈਗਸ ਆ ਉਹਨਾਂ ਨੂੰ ਹਾਫ ਸਟਾਫ ਅੱਧ ਦੇ ਉੱਤੇ ਯਾਨੀ ਕਿ ਅੱਧ ਦੇ ਵਿੱਚ ਜਿਹੜਾ ਉਹ ਦੱਸਿਆ ਆ ਵੀ ਉੱਥੇ ਉਹ ਲਹਿਰਣਗੇ ਸੋ ਇਹ ਜਿਹੜੇ ਮਾਰੇ ਗਏ ਵਿਕਟਮਾਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਹੈਗਾ ਸੋ ਇਸੇ ਤਰ੍ਹਾਂ ਵਿਟਨੈਸ ਜਿਹੜੇ ਆ ਉਹ ਸਾਹਮਣੇ ਆਣੇ ਸ਼ੁਰੂ ਹੋ ਗਏ ਆ ਇੱਕ ਵਿਟਨੈਸ ਲੈਵਾਈ ਮਿਲਰ ਜਿਹੜਾ ਆ ਉਹਨਾਂ ਕਿਹਾ ਵੀ ਜਦੋਂ ਹੀ ਮੈਂ ਖੜਾਕਾ ਸੁਣਿਆ ਵੀ ਇੱਕ ਬੰਦਾ ਰਾਈਫਲ ਦੇ ਨਾਲ ਜਿਹੜਾ ਆ ਸ਼ਰਿਆਮ ਫਾਇਰਿੰਗ ਕਰ ਰਿਹਾ ਤੇ ਕਹਿੰਦਾ ਵੀ ਉੱਚੀ ਉੱਚੀ ਬੋਲ ਵੀ ਰਿਹਾ ਸੀ ਤੇ ਮੈਂ ਡਾਕ ਡਾਊਨ ਹੋ ਗਿਆ ਇੱਕ ਤਰ੍ਹਾਂ ਨਾਲ ਥੱਲੇ ਲੁੱਕ ਗਿਆ ਤਾਂ ਕਿ ਉਹ ਮੈਨੂੰ ਦੇਖ ਨਾ ਸਕੇ ਸੋ ਸ਼ਰਿਆਮ ਗੋਲੀਆਂ ਮਾਰ ਕੇ ਜਿਹੜਾ ਆ ਉੱਥੇ ਜਿਹੜੇ ਵਰਕਰਸ ਆ ਕੰਮ ਕਰਦੇ ਸੀ ਉਹਨਾਂ ਨੂੰ ਇਸ 19 ਸਾਲਾਂ ਦਾ ਜਿਹੜਾ ਹੈਗਾ ਬੰਦਾ ਉਸ ਨੇ ਮਾਰ ਦਿੱਤਾ ਹੈਗਾ ਜੀ ਫੈਡੈਕਸ ਦੇ ਦੁਆਰਾ ਹੁਣੇ-ਹੁਣੇ ਜਿਹੜਾ ਹਰਜੋਤ ਸਿੰਘ ਜੀ ਇੱਕ ਬਿਆਨ ਆਇਆ ਹੈ ਉਹਨਾਂ ਨੇ ਸਸਪੈਕਟ ਦਾ ਨਾਮ ਤਾਂ ਨਹੀਂ ਦੱਸਿਆ ਪਰ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਹੈ ਵੀ ਜਿਸ ਨੇ ਇਹ ਗੋਲੀ ਚਲਾਈ ਆ ਇਹ ਸਾਬਕਾ EMPLOYEES ਸੀਗਾ ਇੱਥੇ ਕੰਮ ਕਰਨ ਵਾਲਾ ਸੋ ਅੱਜ ਇਸ ਦੇ ਬਾਰੇ ਕਹਿੰਦੇ ਵੀ ਜਿਹੜਾ ਵੀ ਕੋਈ ਹੋਰ ਸਵਾਲ ਆ ਉਹ ਜਿਹੜੀ ਇੰਡੀਆਨਾਪੋਲਿਸ মেট্রোপੋਲੀਟਨ ਪੁਲਿਸ ਡਿਪਾਰਟਮੈਂਟ ਆ ਉਹੀ ਉਸ ਤੇ ਉੱਤਰ ਜਿਹੜੇ ਉਹ ਦੇਣਗੇ ਸੋ 8 ਜਾਣਿਆਂ ਦੀ ਇਹ ਮੌਤ ਹੋਈ ਆ ਜਿਸ ਦੇ ਵਿੱਚ ਕਾਫੀ ਜਿਹੜੇ ਆਪਣੇ ਪੰਜਾਬੀ ਜਿਹੜੇ ਆ ਸਿੱਖ ਜਿਹੜੇ ਭਰਾ ਆ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਆ ਉਸਦੇ ਵਿੱਚ ਸ਼ਾਮਲ ਉਹ ਉਹ ਜਿਹੜੇ ਇਸਦੇ ਵਿੱਚ ਪੀੜਤ ਆ ਬੇਸਿਕਲੀ ਪੀੜਤ ਪਰਿਵਾਰ ਆ ਵਿਕਟਮ ਜਿਹੜੇ ਆ ਉਹਨਾਂ ਦੇ ਵਿੱਚ ਇਹ ਸੀਗੇ ਸੋ ਬਹੁਤ ਹੀ ਮੰਦਪਾਗੀ ਦੁਖਦਾਈ ਘਟਨਾਵਾਂ ਵਾਪਰੀ ਹੈ 2021 ਦੇ ਵਿੱਚ ਹਰਜੋ ਸਿੰਘ ਜੀ 147 ਮਾਸ ਸ਼ੂਟਿੰਗਸ ਇੰਨੇ ਮ ਲਾਦਾ ਜੇ ਸ਼ਾਇਦ ਦਿਨ ਵੀ ਨਹੀਂ ਬੀਤੇ ਇਸ ਸਾਲ ਦੇ ਜਿੰਨੀਆਂ ਮਾਸ ਸ਼ੂਟਿੰਗਸ ਅਮਰੀਕਾ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ ਪਿਛਲੇ 1 ਮਹੀਨੇ ਦੇ ਵਿੱਚ 16 ਮਾਰਚ ਤੋਂ ਲੈ ਕੇ ਹੁਣ ਤੱਕ 45 ਮਾਸ ਸ਼ੂਟਿੰਗਸ ਜਿਹੜੀਆਂ ਆ ਇਹ ਹੋਈਆਂ ਨੇ ਇਹ ਇੱਕ ਗਨ ਵਾਇਲੈਂਸ ਆਰਕਾਈਵ ਕਰਕੇ ਇੱਕ ਨਾਨ-ਪ੍ਰੋਫਿਟ ਹੈਗੀ ਹੈ ਵਾਸ਼ਿੰਗਟਨ ਡੀਸੀ ਦੀ ਉਹ ਇਹਨਾਂ ਆંકੜਿਆਂ ਦੇ ਉੱਤੇ ਨਜ਼ਰ ਬਣਾ ਕੇ ਰੱਖਦੀ ਹੈ ਇੰਡੀਪੈਂਡੈਂਟ ਰਿਸਰਚ ਗਰੁੱਪ ਆ ਇਹ ਕਿਸੇ ਐਡਵੋਕੇਸੀ ਆਰਗੇਨਾਈਜੇਸ਼ਨ ਦੇ ਨਾਲ ਤਾਂ ਜੁੜੀ ਨਹੀਂ ਉਹਨਾਂ ਦੀ ਵੈਬਸਾਈਟ ਦੇ ਮੁਤਾਬਕ ਇਹ ਇਹ ਆਂਕੜਾ ਦੱਸਿਆ ਜਾ ਰਿਹਾ ਹੈਗਾ ਸੋ ਇਸੇ ਤਰ੍ਹਾਂ 8 ਜਣਿਆਂ ਦੀ ਮੌਤ ਹੋ ਚੁੱਕੀ ਹੈ 5 ਜਣੇ ਬੁਰੀ ਤਰ੍ਹਾਂ ਫੱਟੜ ਹੋਏ ਆ ਇੱਕ ਜਣਾ ਕਹਿੰਦੇ ਭਈ ਕ੍ਰਿਟੀਕਲ ਹੈਗਾ ਆ ਅ ਤੇ ਇੰਡੀਅਨ ਐਪਲਸ মেট্রੋਪੋਲੀਟਨ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਦੇ ਸਪੋਕਸਪਰਸਨ ਜਿਹੜੇ ਆ ਜਨਾਇ ਕੁੱਕ ਉਹਨਾਂ ਨੇ ਇਹ ਕਿਹਾ ਆ ਪਈ ਜਿੰਨੇ ਵੀ ਇੰਜਰਡ ਬੰਦੇ ਹੈਗੇ ਆ ਉਹਨਾਂ ਨੂੰ ਹਸਪਤਾਲ ਚ ਲਜਾਇਆ ਗਿਆ ਆ ਕੋਈ ਵੀ ਐਨਫੋਰਸਮੈਂਟ ਆਫੀਸਰ ਜਿਹੜਾ ਆ ਪੁਲਿਸ ਦਾ ਉਹ ਕਿਸੇ ਤਰ੍ਹਾਂ ਨਾਲ ਫੱਟਣ ਨਹੀਂ ਹੋਇਆ ਪੁਲਿਸ ਨੇ ਇੱਕ ਫੈਮਿਲੀ ਯੂਨੀਫਿਕੇਸ਼ਨ ਸੈਂਟਰ ਜਿਹੜਾ ਆ ਹੌਲੀਡੇ ਇਨ ਦੇ ਵਿੱਚ ਜਿਹੜਾ ਕਿ 1 ਮੀਲ ਦੂਰ ਆ ਇਸ ਫੈਡੈਕਸ ਦੇ ਵੇਅਰਹਾਊਸ ਤੋਂ ਉੱਥੇ ਸੈਟਅਪ ਕੀਤਾ ਹੈ ਤਾਂ ਕਿ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਲਵਡ ਵਨਸ ਆ ਉਹਨਾਂ ਦੇ ਨਾਲ ਡਿਸਕਸ ਕੀਤਾ ਜਾ ਸਕੇ ਫੈਡੈਕਸ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਆਪਣੇ EMPLOYEES ਨੂੰ ਕਿਸੇ ਤਰ੍ਹਾਂ ਦੇ ਵੀ ਜਿਹੜੇ ਫੋਨ ਆ ਉਹ ਅੰਦਰ ਫੈਸਿਲਿਟੀ ਲੈ ਜਾਣ ਤੋਂ ਰੋਕ ਜਿਹੜੀ ਲਾਈ ਹੋਈ ਆ ਇਸੇ ਕਰਕੇ ਜਿਹੜੀ ਆ ਲੋਕਾਂ ਨੂੰ ਪਤਾ ਨਹੀਂ ਚੱਲ ਸਕਿਆ ਵੀ ਉਹਨਾਂ ਦਾ ਕਿਹੜਾ ਪਰਿਵਾਰਕ ਮੈਂਬਰ ਜਿਹੜਾ ਫਟੜਾ ਕਿਹੜਾ ਪਰਿਵਾਰਕ ਮੈਂਬਰ ਜਿਹੜਾ ਮਹਾਰਾਜ ਨੂੰ ਪਿਆਰਾ ਹੋ ਗਿਆ ਤੇ ਅ ਕਈ ਘੰਟੇ ਬਾਪ ਬਾਪਰ ਜਾਣ ਤੋਂ ਬਾਅਦ ਵੀ ਜਿਹੜੀ ਹੋਟਲ ਦੀ ਲੌਬੀ ਆ ਉਹਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਆ ਉਹੋ ਪੁਲਿਸ ਵੱਲੋਂ ਜਿਹੜੀ ਆ ਖਬਰ ਸੁਣਨ ਦੇ ਲਈ ਹਜੇ ਤੱਕ ਬੈਠੇ ਹੈਗੇ ਆ ਵੀ ਪਤਾ ਨਹੀਂ ਕੌਣ ਹੈਗਾ ਕਿਹਦਾ ਨਾਮ ਇਹਦੇ ਵਿੱਚ ਹੈਗਾ ਸੋ ਬਹੁਤ ਹੀ ਜਿਹੜੀ ਆ ਇਹ ਸਿੱਖ ਕੌਮ ਦੇ ਲਈ ਅ ਦੁਖਦਾਇਕ ਖਬਰ ਹੈਗੀ ਆ ਜਿਹੜੇ ਆਪਣੇ ਹੀ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਗੋਲੀਆਂ ਦੇ ਨਾਲ ਜਿਹੜੇ ਵਿਚਾਰੇ ਕੰਮ ਕਰ ਰਹੇ ਸੀ ਫੈਡੈਕਸ ਦੀ ਫੈਸਿਲਿਟੀ ਦੇ ਵਿੱਚ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਆ ਐਗਜ਼ੈਕਟ ਨੰਬਰ ਹਜੇ ਤੱਕ ਉਹਨਾਂ ਨੇ ਨਾਮ ਨਹੀਂ ਡਿਸਕਲੋਜ਼ ਕੀਤੇ 8 ਜਣੇ ਦੀ ਮੌਤ ਹੋ ਗਈ ਆ ਇੱਕ ਬਹੁਤ ਕ੍ਰਿਟੀਕਲ ਆ 4 ਜਣੇ ਜਿਹੜੇ ਆ ਬੁਰੀ ਤਰ੍ਹਾਂ ਜਿਹੜੇ ਫੱਟੜ ਹਸਪੀਟਲ ਦੇ ਵਿੱਚ ਹੈਗੇ ਆ ਜੀ ਬਿਲਕੁਲ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆ ਆਵਨਾਵਾਂ ਜਿਹੜੀਆਂ ਆ ਉਹ ਆਬਵੀਅਸਲੀ ਗੁੱਸਾ ਵੀ ਸਰਕਾਰ ਦੇ ਉੱਤੇ ਕਈਆਂ ਦਾ ਜਿਹੜਾ ਉਹ ਆ ਰਿਹਾ ਉਹਨਾਂ ਨੂੰ ਵੀ ਕੀ ਹੈ ਜੇ ਤੱਕ ਇਸ ਚੀਜ਼ ਨੂੰ ਇਹ ਕੰਟਰੋਲ ਕਰਨ ਦੇ ਵਿੱਚ ਵੀ ناکਾਮਯਾਬ ਜਿਹੜੇ ਉਹ ਹੋ ਰਹੇ ਨੇ ਸੋ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੁਣ ਲੇਟੈਸਟ ਜਿਹੜੀ ਇਹ ਵੀ ਆ ਚਾਰ ਜਣੇ ਜਿਹੜੇ ਆ ਉਹ ਕਹਿੰਦੇ ਐਂਬੂਲੈਂਸ ਦੇ ਨਾਲ ਜਿਹਦੇ ਇਲਾਜ ਜਿਹੜੇ ਉਹ ਕੱਲੇ ਗਏ ਆ ਇੱਕ ਦੀ ਜਿਹੜੀ ਕੰਡੀਸ਼ਨਸ ਕਾਫੀ ਕ੍ਰਿਟੀਕਲ ਦੱਸੀ ਜਾ ਰਹੀ ਆ ਜਿਸ ਤੇ ਗੋਲੀਆਂ ਜਿਹੜੀਆਂ ਲੱਗੀਆਂ ਆ ਤਿੰਨ ਜਾਣਿਆਂ ਨੂੰ ਹੋਰ ਸੱਟਾਂ ਦੇ ਲਈ ਜਿਹੜਾ ਇਲਾਜ ਜਿਹੜਾ ਉਸ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਦੋ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਸੀਨ ਦੇ ਉੱਤੇ ਹੀ ਮੈਡੀਕਲ ਸਟਾਫ ਨੇ ਜਿਹੜੀ ਫਰਸਟ ایڈ ਆ ਜਾਂ ਜੋ ਕੁਝ ਵੀ ਚਾਹੀਦਾ ਸੀ ਉਸ ਨੂੰ ਟਰੀਟ ਕੀਤਾ ਗਿਆ ਪੁਲਿਸ ਨੇ ਕਿਹਾ ਵੀ ਇਸ ਮੌਕੇ ਕਿਉਂਕਿ ਜਿਹੜਾ ਕਥਿਤ ਜਿਸ ਨੇ ਇਸਨੇ ਗੋਲੀਆਂ ਚਲਾਈਆਂ ਤੇ ਉਸ ਨੂੰ ਜਿਹੜਾ ਕਾਬੂ ਕਰ ਲਿਆ ਸੋ ਪਬਲਿਕ ਨੂੰ ਹੁਣ ਹੋਰ ਕਿਸੇ ਖਤਰੇ ਦੀ ਜਿਹੜੀ ਉਹ ਗੱਲ ਨਹੀਂ ਹੈਗੀ ਸੋ ਆ ਚਲੋ ਆਪਾਂ ਉਮੀਦ ਕਰਦੇ ਆਂ ਵੀ ਇਸ ਦੀ ਜਾਂਚ ਜਿਹੜੀ ਆ ਉਹ ਚੱਜ ਦੇ ਨਾਲ ਹੋਵੇ ਕੀ ਇਸ ਦੇ ਪਿੱਛੇ ਮੇਨ ਮੁੱਦਾ ਸੀਗਾ ਕਿਉਂ ਇਹ ਜਿਹੜੀ ਸੈਂਸਲੈਸ ਵਾਇਲੈਂਸ ਜਿਹੜੀ ਆ ਉਹ ਹੋਈ ਆ ਕੀ ਇਸ ਦੇ ਪਿੱਛੇ ਜਿਹੜੀ ਉਹ ਗੱਲ ਸੀਗੀ ਇਸ ਦੇ ਬਾਰੇ ਜਲਦ ਤੋਂ ਜਲਦ ਆਪਾਂ ਨੂੰ ਜਿਹੜਾ ਉਹ ਪਤਾ ਲੱਗ ਸਕੇ ਤੇ ਆ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਨਨਦੀਪ ਸਿੰਘ ਜੀ ਜਿਹੜਾ ਰੂਵਮੈਂਟ ਉਹ ਜੁੜ ਚੁੱਕੇ ਨੇ ਜੀ ਆਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਨਨਦੀਪ ਹਾਂਜੀ ਹਾਂਜੀ ਰਾਜਕੰਵਰ ਜੀ ਦਾ ਟੌਪਿਕ ਦਾ ਜੀ ਜੀ ਪਲਸ ਸੌਰੀ ਅਪਡੇਟ ਜੇ ਕਿ ਸਾਡੀ ਐਕਚੁਅਲੀ ਹੁਣੇ ਗੱਲਬਾਤ ਹੋਈ ਸੀ ਸਾਡੀ ਇੱਕ ਮੈਂਬਰ ਉਥੇ ਉਹਦੀ ਨਾਨੀ ਜੀ ਐਕਚੁਅਲੀ ਪਾਸ ਤੋਂ ਐਚ ਯੂ ਐਸ ਕਿਲ ਉਹ ਉਹਦੇ ਸਾਡੇ ਫੋਰੀ ਦੇਖਣੇ ਸੀ ਕਿ ਜਦੋਂ ਅੱਗੇ 50% ਕੁਲ ਕੁਲ ਕਿਲਡ ਐ ਇੱਕ ਬੰਦਾ ਜਿਹੜੇ ਕੋੜੇ ਪੰਜਾਬ ਤੋਂ 3 ਮਹੀਨੇ ਵੀ ਨਹੀਂ ਹੋ ਗਏ ਸੀ ਸੋ ਇਹ ਜਿਹੜੀ ਸਾਡੇ ਜਿਹੜੀ ਡੇਟ ਅਪਡੇਟ ਸੋ ਇੱਕ ਜੀ ਦੁਬਾਰਾ ਨਨਦੀਪ ਤੁਸੀਂ ਦੱਸੋਗੇ ਵੀ ਕਿਸੇ ਦੇ ਤੁਸੀਂ ਕਹਦੇ ਹੋ ਵੀ ਕਿਸੇ ਦੇ ਨਾਨੀ ਜੀ ਕਿਦਾਂ ਮੈਨੂੰ ਹਾਂ ਜੀ ਸੋ ਸਿਕਸਾਈਡ ਜਿਹੜੀ ਮੈਂਬਰ ਅਸੀਂ ਹੁਣੇ ਉਹਦੇ ਨਾਲ ਗੱਲਬਾਤ ਕੀਤਾ ਇਸੀ ਤੇ ਉਹਨੇ ਦੱਸਿਆ ਸੀ ਕਿ ਹਰ ਨਾਨੀ ਐਕਚੁਅਲੀ ਪਾਸਟ ਅਵੇ ਉਹ ਵੀ ਉੱਥੇ ਕੰਮ ਕਰਦੇ ਸੀ ਉਹ ਵੀ ਉੱਥੇ ਕੰਮ ਕਰਦੇ ਸੀ ਤੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ 3 ਮਹੀਨੇ ਹੀ ਅਜੇ ਹੋਏ ਸੀ ਉੱਥੋਂ ਆਇਆ ਨਹੀਂ 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 ਸੋ ਉਹਦੀ ਨਾਨੀ ਕਾਫੀ ਸੇ ਉੱਥੇ ਕੰਮ ਕਰਦੀ ਸੀ ਐਂਡ ਸ਼ੀ ਟੋਲਡ ਅਸ ਟੂ ਅਦਰ ਬੀਬੀਆ ਸੋ ਐਟ ਲੀਸਟ ਜਿਹੜਾ ਯੂ نو ਆਬਵੀਅਸਲੀ अर्ਲੀ ਇਨਫੋਰਮੇਸ਼ਨ ਹੈ ਫਰ ਐਟ ਲੀਸਟ ਸਿਨ ਬੀਬੀਆ ਵਰ ਕਿਲਡ ਤੇ ਇੱਕ 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 ਹੋਰ ਬੰਦਾ ਗਾਰਡਨ ਉਹ ਹੁਣੇ ਉਹ ਤੇ 1990 ਹੋਇਆ ਜਾਬ ਤੋਂ ਹੁਣੇ ਆਇਆ ਐਂਡ ਹੀ ਗਾਰਡਨ ਦਾ ਜੌਬ ਐਂਡ ਉਹ ਤੇ ਕੰਮ ਕਰ ਰਿਹਾ ਸੀ ਸੋ ਚਾਰ ਜਣੇ ਜਿਹੜੇ ਆਪਾਂ ਕਹਿ ਸਕਦੇ ਜਿਹੜੇ ਪੰਜਾਬੀ ਉਹ ਕਨਫਰਮ ਆ ਈਵਨ ਦੋ ਆਪਾਂ ਬਾਰ ਬਾਰ ਦੱਸ ਰਹੇ ਹਜੇ ਪੁਲਿਸ ਵਾਲਿਆਂ ਨੇ ਨਾਮ ਡਿਸਕਲੋਸ ਨਹੀਂ ਕੀਤੇ ਪਰ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦੇ ਮੁਤਾਬਕ ਚਾਰ ਪੰਜਾਬੀ ਜਿਹੜੇ ਆ ਇਸ ਜਿਹੜੀ ਆ ਵਾਇਲੈਂਸ ਦਾ ਸ਼ਿਕਾਰ ਹੋਏ ਸਕੇ ਇਨ ਬੇਸਿਕਲੀ ਜਿਹੜਾ ਜਿਹੜਾ ਉਹ ਬ੍ਰਾਂਡ ਇਹ ਬੰਦਾ ਜਿਹਨੇ ਕੀਤਾ ਹੀ ਆ ਕੀ ਮਤਲਬ ਜਾਨ ਬੁੱਝ ਕੇ ਉਹਨੇ ਪੂਸਟ ਟਾਈਮ ਦੁਨੀਆ ਦੇ ਫਿਓਰੋਪਾਇਸੀ ਕਿ ਸ਼ਿਫਟ ਚੇਂਜ ਹੋ ਰਿਹਾ ਸੀ ਸੋ ਬਦ ਤੋਂ ਬਦ ਬੰਦੇ ਉੱਥੇ ਬਾਹਰ ਹੋ ਰਹੇ ਸੀ ਜਦੋਂ ਉਹਨੇ ਬਦਦ ਕਰ ਜੀ ਸੋ ਉਹਨੇ ਪੂਰਾ ਮੌਕਾ ਤਾੜ ਕੇ ਜਿਹੜਾ ਆ ਇਹ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ ਇਟ ਮਾਈਟ ਅਪੀਅਰ ਵੀ ਰੈਂਡਮ ਜਿਹੜੀ ਉਹ ਸ਼ੂਟਿੰਗ ਸੀ ਪਰ ਹੀ ਵਾਂਟਿਡ ਟੂ ਹੈਵ ਮੈਕਸਿਮਮ ਕੈਜ਼ੁਐਲਟੀਜ਼ हां पर मोस्ट लाइकली ਉਥੇ ਕੰਮ ਕਰਦਾ ਹੁੰਦਾ ਲਾਈਕੀ मोस्ट लाइक ए काइंड ऑफ हां जी ਉਹਨਾਂ ਨੇ ਦੱਸਤਾ ਇਨਫੈਕਟ ਨੰਦੀ ਫੈਡਕਸ ਦੀ ਉਹਨਾਂ ਦੇ ਸਪੋਕਸਪਰਸਨ ਨੇ ਖਬਰ ਦੱਸ ਦਿੱਤੀ ਆ ਵੀ ਉਹਨਾਂ ਦਾ ਹੀ ਐਕਸ ਇਮਪਲਾਈ ਜਿਹੜਾ ਉਹ ਸੀਗਾ ਕਿਸੇ ਨੇ ਦੱਸਿਆ ਵੀ ਆ ਕੋਈ ਦੱਸ ਰਿਹਾ ਫੇਸਬੁਕ ਤੇ ਉੱਤੇ ਵੀ ਉਸ ਨੂੰ ਕੁਛ ਦਿਨ ਪਹਿਲਾਂ ਹੀ ਜਿਹੜੇ ਆ ਜੇ ਨੌਕਰੀ ਤੋਂ ਉਸ ਦੀ ਛੁੱਟੀ ਕੀਤੀ ਗਈ ਸੀ ਸੋ ਦਿਸ ਗਰੰਟਲਡ ਇਮਪਲਾਈ ਹੋ ਸਕਦਾ ਜਿਸ ਨੇ ਗੁੱਸਾ ਜਿਹੜਾ ਆ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਇਹਨਾਂ ਲੋਕਾਂ ਦੇ ਉੱਤੇ ਕੰਮ ਕਰਨ ਵਾਲਿਆਂ ਦੇ ਉੱਤੇ ਜਿਹੜਾ ਉਹ ਲਾਇਆ ਆ ਅਫਸੋਸ ਵਾਲੀ ਗੱਲ ਆ ਯੂ نو ਉਹਨਾਂ ਦੇ ਸਕਿਉਰਿਟੀ ਸਿਸਟਮ ਦੇ ਕੇ ਸੀ ਕਿ ਇਹ ਲਿਸਟ ਜਿਹੜੀ ਫੈਮਲੀਜ਼ ਨੰਬਰ ਜਿਹੜੇ ਸਾਨੂੰ ਥੋੜੀ ਜਿਹੀ ਚੱਕਿਆ ਸੀ ਦੇ ਵਰ ਸੇਂ ਕਿ ਤਲੋਂ ਨੇ ਗੋਲੀ ਚਲਾਇਆ ਦੈਨ ਜਦੋਂ ਮਤਲਬ ਉਹ ਖਤਮ ਹੋ ਗਿਆ ਕੀ ਵਨ ਇਨ ਗਾਰਡਨ ਅਨਦਰ ਗਾਰ ਆਬੀਸੀ ਸਾਨੂੰ ਪੂਰੀ ਡਿਟੇਲ ਸਾਨੂੰ ਨਹੀਂ ਪਤਾ ਨਹੀਂ ਆ ਜੀ ਯਾਰ ਪਤਾ ਨਹੀਂ ਕਿ ਦਿਸ ਵਾ ਕਰਲੀ ਰਿਪੋਰਟ ਜਿਹੜੇ ਐਸਸੀ ਤੋਂ ਮਰੇ ਨੇ ਦੇਖੋ ਆ ਸੋ ਕਾਫੀ ਮਾੜੀ ਗੱਲ ਆ ਤੇ ਅਥਾਰਟिटीज ਨੂੰ ਵੀ ਕਹਿੰਦੇ ਇਸਤੇ ਬਾਰੇ ਪਹਿਲਾਂ ਸੀਗਾ ਇਸ ਦੇ ਕਹਿੰਦੇ ਵੀ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਸੀਗਾ ਵੀ ਇਹ ਵਾਇਲੈਂਸ ਜਿਹੜੀ ਉਹ ਕਰ ਸਕਦਾ ਪਰ ਫਿਰ ਵੀ ਉਸਤੇ ਬਾਵਜੂਦ ਇਹ ਇਸ ਗੋਲੀकांड ਨੂੰ ਜਿਹੜਾ ਜੀ ਉਹ ਅੰਜਾਮ ਦੇਣ ਚ ਕਾਮਯਾਬ ਹੋਇਆ ਜਿਹੜੀ ਕਿ ਬਹੁਤ ਮਾੜੀ ਗੱਲ ਹੈਗੀ ਆ ਬਾਰ ਬਾਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਹੋ ਰਹੀਆਂ ਸੋ ਨਨਦੀਪ ਥੈਂਕ ਯੂ ਵੈਰੀ ਮੱਚ ਜੀ ਹਾਂਜੀ ਪਰ ਇਹ ਵੀ ਸਾਡੀ ਰਿਕਵੈਸਟ ਆ ਵੀ ਸਾਡੀ ਬੇਚੇ ਇਹ ਵੀ ਇਸ ਐਕਟ ਵਾਰ ਜਿੰਨੇ ਸਾਰੇ ਗੁਰੂ ਘਰ ਖਾਸ ਕਰਕੇ ਅਮਰੀਕਾ ਦੇ ਵਿੱਚ ਮੇਬੀ ਵੀ ਵੀ ਸ਼ੁੱਡ ਡੂ ਅਨ ਅਰਦਾਸ ਟੂਗੇਦਰ ਜੀ ਮਤਲਬ ਉਹਨਾਂ ਦੇ ਸਾਥ ਜੀ ਬਿਲਕੁਲ ਬਿਲਕੁਲ ਜੀ ਹਾਂਜੀ ਜੀ ਧੰਨਵਾਦ ਧੰਨਵਾਦ ਜਨਦੀਪ ਉਹ ਸਾਡੇ ਵੱਲੋਂ ਵੀ ਆਪਾਂ ਪੰਜਾਬੀ ਰੇਡੀਓ ਯੂ ਐਸ ਆ ਦੇ ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਖਾਸ ਕਰਕੇ ਗੁਰੂ ਘਰਾਂ ਦੇ ਵੀ ਸੇਵਾਦਾਰ ਪ੍ਰਬੰਧਕ ਤੇ ਜਰੂਰ ਜਿਸ ਤਰ੍ਹਾਂ ਨਨਦੀਪ ਸਿੰਘ ਉਹਨਾਂ ਨੇ ਕਿਹਾ ਵੀ ਅੱਜ ਸ਼ਾਮ ਨੂੰ ਜਰੂਰ ਜਿਹੜੇ ਵਿਕਟਮਸ ਹੈਗੇ ਆ ਉਹਨਾਂ ਦੇ ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਆ ਸੋ ਜਿਸ ਤਰ੍ਹਾਂ ਆਪਾਂ ਦੱਸ ਰਹੇ ਹਾਂ ਥੋੜੇ ਸਮੇਂ ਤੋਂ ਬਹੁਤ ਹੀ ਮਾੜੀ ਜਿਹੜੀ ਅੱਜ ਦਿਨ ਜਿਹੜਾ ਆ ਪੰਜਾਬੀਆਂ ਲਈ ਹੋਇਆ ਹੈਗਾ ਆ ਚਾਰ ਜਣੇ ਤਾਂ ਕਨਫਰਮ ਹੋ ਗਿਆ ਜਿਸ ਤਰ੍ਹਾਂ ਨਨਦੀਪ ਸਿੰਘ ਉਹਨਾਂ ਨੇ ਦੱਸਿਆ ਈਵਨ ਦੋ ਇਹ ਆਫੀਸ਼ੀਅਲ ਨਹੀਂ ਹੈਗਾ ਸਿਰ ਪਰਿਵਾਰਕ ਮੈਂਬਰਾਂ ਵੱਲੋਂ ਪਤਾ ਲੱਗਾ ਵੀ ਤਿੰਨ ਬੀਬੀਆਂ ਤੇ ਇੱਕ ਜਿਹੜਾ ਬੰਦਾ ਸੀ ਪੰਜਾਬੀ ਆਪਣਾ ਭਰਾ ਜਿਹੜਾ ਕਹਿੰਦੇ ਵੀ 3 ਮਹੀਨੇ ਹੋਏ ਸੀ ਉਹਨੂੰ ਇੰਡੀਆ ਤੋਂ ਆਏ ਨੂੰ ਜਿਹੜਾ ਕਿ ਇਫ ਹੈਡੈਕਸ ਦੀ ਜਿਹੜੀ ਗਰਾਉਂਡ ਫੈਸਿਲਿਟੀ ਹੈ ਬਹੁਤ ਵੱਡੀ ਫੈਸਿਲਿਟੀ ਹੈ ਉੱਥੇ ਇੰਡੀਅਨ ਐਪਲਸ ਦੇ ਵਿੱਚ ਜਿੱਥੇ ਉਹ ਕੰਮ ਕਰਦਾ ਸੀ ਸੋ ਗੋਲੀਆਂ ਦਾ ਜਿਹੜਾ ਉਹ ਸ਼ਿਕਾਰ ਹੋਗਾ ਹੈਗੇ ਆ ਬ੍ਰੈਂਡਨ ਸਕਾਟ ਹੋਲ ਇਹ ਅਸੋਸੀਏਟਿਡ ਪ੍ਰੈਸ ਨੇ ਉਹਦਾ ਨਾਮ ਜਿਹੜਾ ਡਿਸਕਲੋਜ਼ ਕੀਤਾ 19 ਸਾਲਾਂ ਦਾ ਉਸਨੇ ਚਾਰ ਜਣੇ ਪਹਿਲਾਂ ਬਾਹਰ ਮਾਰੇ ਆ ਜਿਸ ਤਰ੍ਹਾਂ ਕਹਿੰਦੇ ਸ਼ਿਫਟ ਚੇਂਜ ਹੋ ਰਹੀ ਸੀ ਇਕੱਠੇ ਹੁੰਦੇ ਆ ਤੇ ਉਹ ਤੋਂ ਬਾਅਦ ਅੰਦਰ ਜਾ ਕੇ ਚਾਰ ਜਣੇ ਮਾਰੇ ਹੈਗੇ ਆ ਬਾਅਦ ਚ ਉਸਨੇ ਆਪਣੇ ਆਪ ਨੂੰ ਜਿਹੜੀ ਗੋਲੀ ਮਾਰ ਲਈ ਹੈਗੀ ਆ ਪੰਜ ਜਣੇ ਬੁਰੀ ਤਰ੍ਹਾਂ ਫੱਟੜ ਹੋਏ ਆ ਇੱਕ ਬਹੁਤ ਸੀਰੀਅਸ ਹੈਗਾ ਜਿਸ ਤਰ੍ਹਾਂ ਦੱਸਿਆ ਹੀ ਆ ਹੁਣ ਖਬਰਾਂ ਆਣੀਆਂ ਸ਼ੁਰੂ ਹੋ ਗਈਆਂ ਵੀ ਮੈਜੋਰਟੀ ਦੇ ਵਿੱਚ ਜਿਹੜੇ ਜ ਮਰੇ ਹੈਗੇ ਆ ਜਿਹੜੇ ਇਸ ਵਾਇਲੈਂਸ ਦਾ ਸ਼ਿਕਾਰ ਹੋਏ ਆ ਇਹਨਾਂ ਵਿੱਚ ਹਰਜੋਤ ਸਿੰਘ ਜੀ ਲੇਟੈਸਟ ਖਬਰ ਆ ਰਹੀ ਹੈ ਤਿੰਨ ਔਰਤਾਂ ਸੀਗੀਆਂ ਜਿਹੜੀਆਂ ਮਾਰੀਆਂ ਗਈਆਂ ਅਮਰਜੀਤ ਕੌਰ ਸੇਖੋਂ ਇਹ ਟਵਿੱਟਰ ਦੇ ਉੱਤੇ ਨਾਮ ਜਿਹੜੇ ਇਸ ਟਾਈਮ ਜਿਹੜੀ ਉਹ ਘੁੰਮ ਰਹੇ ਕਹਿੰਦੇ ਵੀ ਲੋਕਲ ਕਮਿਊਨਿਟੀ ਲੀਡਰਸ ਨੇ ਇਸ ਤੇ ਬਾਰੇ ਦੱਸਿਆ ਜਸਵਿੰਦਰ ਕੌਰ ਤੇ ਅਮਰਜੀਤ ਕੌਰ ਚੋਹਲ ਇਹ ਤਿੰਨ ਨਾਮ ਜਿਹੜੇ ਇਸ ਟਾਈਮ ਸਾਹਮਣੇ ਆ ਰਹੇ ਆ ਵੀ ਇਹ ਜਿਹੜੇ ਮਾਰੇ ਗਏ ਲੋਕਾਂ ਦੇ ਵਿੱਚੋਂ ਆ ਜਿੱਦਾਂ ਇਹਨਾਂ ਨੇ ਦੱਸਿਆ ਵੀ ਉਸ ਦੇ ਨਾਨੀ ਜੀ ਕਿਸੇ ਦੇ ਜਿਨ੍ਹਾਂ ਦੇ ਨਾਲ ਗੱਲ ਹੋਈ ਆ ਵੀ ਉਹ ਇਸ ਚੀਜ਼ ਦੇ ਵਿੱਚ ਸੀਗਾ ਸੋ ਬਹੁਤ ਹੀ ਦੁਖਦਾਈ ਇਹ ਜਿਹੜੀ ਇਸ ਟਾਈਮ ਗੱਲ ਜਿਹੜੀ ਇਹ ਵਾਪਰੀ ਆ ਅ ਸੋ ਹੋਰ ਵੀ ਕਿਸੇ ਆਪਣੇ ਭੈਣ ਭਰਾ ਨੂੰ ਇਹਦੇ ਬਾਰੇ ਅਪਡੇਟ ਹੋਈ ਤੇ ਉਹ ਜਰੂਰ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਦੇ ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 ਤੇ 4082725200 ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਜਿਹੜੇ ਸਾਡੇ ਸਰੋਤੇ 올ਓਵਰ ਵਰਲਡ ਵੀ ਹੈਗੇ ਆ ਕੈਨੇਡਾ ਯੂ ਐਸ ਏ ਸਾਰੇ ਦੱਸਦੇ ਜਾਈਏ ਇੰਡੀਅਨ ਇੰਡੀਅਨ ਐਪਲਸ ਇੰਡੀਆਨਾ ਦੇ ਵਿੱਚ ਜਿਹੜੀ ਪੰਜਾਬੀ ਕਮਿਊਨਿਟੀ ਆ ਥੋੜੇ ਸਮੇਂ ਤੋਂ ਹੀ ਉੱਥੇ ਮੂਵ ਹੋਈ ਹੈਗੀ ਆ 8-10 ਸਾਲਾਂ ਦੇ ਵਿੱਚ ਵਿੱਚ ਬਹੁਤ ਸਾਰੇ ਲੋਕ ਕੈਲੀਫੋਰਨੀਆ ਚੋਂ ਸੈਕਰਮੈਂਟੋ ਬੇਅ ਏਰੀਆ ਟਰਲਕ ਸੈਂਟਰਲ ਵੈਲੀ ਚੋਂ ਉੱਥੇ ਮੂਵ ਹੋਏ ਸੀ ਨਿਊਯਾਰਕ ਨਿਊ ਜਰਸੀ ਤੋਂ ਵੀ ਕਾਫੀ ਜਿਹੜੇ ਪੰਜਾਬੀ ਆ ਉੱਥੇ ਪਿਛਲੇ ਦਸਾਂਕ ਸਾਲਾਂ ਦੇ ਵਿੱਚ ਮੂਵ ਹੋਏ ਹੈਗੇ ਆ 8000 ਤੋਂ ਲੈ ਕੇ 10000 ਦੇ ਕਰੀਬ ਜਿਹੜੀ ਪੋਪੂਲੇਸ਼ਨ ਆ ਇੰਡੀਆਨਾ ਸਟੇਟ ਦੇ ਵਿੱਚ ਆਪਣੇ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦੀ ਹੈਗੀ ਆ ਸੋ ਅਮਰੀਕਾ ਦੇ ਇਤਿਹਾਸ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਉੱਤੇ ਜਿਹੜਾ ਕਾਤਲਨਾਂ ਦਾ ਹਮਲਾ ਆ ਇਹ ਦੂਜੀ ਇਨਸੀਡੈਂਟ ਹੈਗੀ ਆ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਉਹ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਅ 2012 ਸਾਲ ਦੇ ਵਿੱਚ ਅ ਇੱਕ ਸਿਰਫ ਰੇਲੋਂ ਗੋਲੀਆਂ ਚਲਾ ਕੇ 6 ਜਾਨਿਆਂ ਨੂੰ ਮਾਰ ਦਿੱਤਾ ਗਿਆ ਸੀ ਤੇ ਅੱਜ ਇਸੇ ਤਰ੍ਹਾਂ 8 ਜਾਨਿਆਂ ਦੀ ਮੌਤ ਹੋਈ ਆ 4 ਜਾਨੇ ਆਪਾਂ ਕਨਫਰਮ ਕਰ ਚੁੱਕੇ ਆ ਜਿਹੜੇ ਆਲਰੇਡੀ ਜਿਨ੍ਹਾਂ ਦੇ ਪੰਜਾਬੀਆਂ ਦੇ ਨਾਮ ਆ ਗਏ ਆ ਅ ਤੁਸੀਂ ਦੇਖੋ ਹਰਜੋਤ ਸਿੰਘ ਕਹਿ ਰਹੇ ਆ ਵੀ ਪੰਜਾਬੀ ਸੀਗੇ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ ਵੀ ਅਜੇ ਤੱਕ ਕੋਈ ਬੰਦੇ ਦੀ ਫੋਟੋ ਨਹੀਂ ਦਿੱਤੀ ਜੇਕਰ ਕਾਲੇ ਮੂਲਦਾ ਜਾਂ ਭੂਰੇ ਮੂਲਦਾ ਜਾਂ ਹੋਰ ਕਿਸੇ ਮੂਲਦਾ ਹੁੰਦਾ ਨਾ ਹੁਣ ਤਾਂ ਹੀ ਉਹਨਾਂ ਨੇ ਇਹ ਕਰ ਦੇਣਾ ਸੀਗਾ ਇਨੂੰ ਵੇਖਿਓ ਹਣ ਹੌਲੀ ਜੀ ਇਸ ਚਿੱਟੇ মিডিਆ ਨੇ ਇਸ ਨੂੰ ਕਹਿਣਾ ਜੀ ਮੈਂਟਲੀ ਇਲ ਸੀਗਾ ਤੇ ਇਸ ਨੇ ਇਹ ਜਿਹੜਾ ਇਹ ਕਾਂਡ ਜਿਹੜਾ ਉਹ ਕਰ ਦਿੱਤਾ ਆਪਣੀ ਕੌਮ ਨੂੰ ਇਕੱਠੇ ਹੋ ਕੇ ਇਸ ਚੀਜ਼ ਦੇ ਖਿਲਾਫ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਹੈ ਬਹੁਤ ਹੀ ਮਾੜੀ ਗੱਲ ਆ بار بار ਮਾਈਨੋਰਟੀਜ਼ ਦਾ ਇਹ ਇਸ ਚੀਜ਼ ਦੇ ਵਿੱਚ ਦੇਖੋ ਪਹਿਲੋਂ ਏਸ਼ੀਅਨ ਮੂਲ ਦੇ ਜਿਹੜੇ ਸਪਾਸ ਦੇ ਉੱਤੇ ਹਮਲਾ ਕੀਤਾ ਗਿਆ ਉਹ ਉਸ ਨੂੰ ਕਿਸੇ ਨੇ ਟੈਰਰਿਸਟ ਕੀਤਾ ਇਥੋਂ ਦੇ মিডিਆ ਨੇ ਕੁਛ ਕਿਹਾ ਨਾ ਜੀ ਨਾ ਇਹ ਚਿੱਟੇ ਤੁਸੀਂ ਹੁਣ ਅੰਦਾਜ਼ਾ ਲਾ ਲਓ ਵੀ ਇਹ ਕਿਹੜਾ ਹੋਣਾ ਹੈ ਇਹ ਇੱਕ ਤੁਸੀਂ ਆਪ ਹੀ ਜਿਹੜਾ ਉਹ ਦੇਖ ਲਿਓ ਵੀ ਕੀ ਹੋਣਾ ਕੀ ਇਸ ਦੇ ਵਿੱਚੋਂ ਨਿਕਲਣਾ ਹੈ 19 ਸਾਲਾਂ ਦਾ ਬ੍ਰੈਂਡਨ ਨਾਂ ਦਾ ਜਿਹੜਾ ਇਹ ਬੰਦਾ ਜਿਸਨੇ ਇਹ ਕੀਤਾ ਹੁਣੇ-ਹੁਣੇ ਜਿਸ ਬੀਬੀ ਨੇ ਕਿਹਾ ਵੀ ਜਿਨ੍ਹਾਂ ਦੇ ਪਰਿਵਾਰਕ ਜੀ ਜਿਹੜੇ ਉਹ ਸੀਗੇ ਉਸ ਦੇ ਕਹਿੰਦੇ ਵੀ ਉਹ ਬੀਬੀ ਦੱਸ ਰਹੀ ਆ ਕੁੜੀ ਦੱਸ ਰਹੀ ਆ ਵੀ ਮੇਰੇ ਮਾਮਾ ਜੀ ਨੂੰ ਹੁਣੇ ਉੱਥੇ ਬੁਲਾ ਕੇ ਉਹਨਾਂ ਨੇ ਬੋਡੀ ਦੀ شناخت ਕਰਵਾਈ ਆ ਤੇ ਉਸ ਦੀ ਜਿਹੜੀ ਆ ਉਹ ਦੇਖੋ ਹੱਤਿਆ ਜਿਹੜੀ ਇਸ ਤਰੀਕੇ ਦੇ ਨਾਲ ਕਰ ਦਿੱਤੀ ਐ ਸੋ ਇਹ ਹੁਣ ਦੇਖਦੇ ਆ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਵੀ ਭਾਈ ਹੁਣ ਵੀ ਜੇ ਤੁਸੀਂ ਨਾ ਕੁਛ ਕੀਤਾ ਨਾ ਇਹ ਚੀਜ਼ਾਂ ਨੂੰ ਜਿਹੜਾ ਠੱਲ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤੇ ਫਿਰ ਪਤਾ ਨਹੀਂ ਹੋਰ ਕਿੰਨੇ ਕੁ ਮਰਵਾਉਣੇ ਆ ਆਪਾਂ ਤੇ ਕੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆਪਣਾ ਨੋ ਡਾਊਟ ਚਾਹੇ ਉਹ ਐਕਸ ਏਮਪਲਾਈ ਵੀ ਉਹ ਸੀਗਾ ਵੈਚਿਮ ਵੱਡਾ ਮੁੱਦਾ ਮਸਲਾ ਜਿਹੜਾ ਇਹ ਬਣਦਾ ਆ ਰਿਹਾ ਅਥਾਰਟੀਆਂ ਨੂੰ ਪਤਾ ਹੋਣ ਦੇ ਬਾਵਜੂਦ ਅਜਿਹੇ ਬੰਦੇ ਦੇ ਹਤਿਆਰ ਕੋਲ ਜਿਹੜੇ ਆ ਇਹ ਮਾਰੂ ਹਥਿਆਰ ਕਿੱਦਾਂ ਲੱਗੇ ਆ ਕਿੱਦਾਂ ਇਹ ਐਡੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਲੋਕ ਜਿਹੜੇ ਆ ਇਹ ਕਾਮਯਾਬ ਹੋ ਰਹੇ ਆ ਕੀ ਇਹ ਜਿਹੜਾ ਲਾ ਇਨਫੋਰਸਮੈਂਟ ਵਾਲੇ ਕੀ ਅਜਿਹੇ ਲੋਕਾਂ ਦੇ ਉੱਤੇ ਜਿਹੜਾ ਉਹ ਕਰ ਰਹੇ ਆ ਹੁਣ ਰੀਸੈਂਟਲੀ ਗੋਸਟ ਜਿਹੜੀਆਂ ਗਨਸ ਆ ਉਸ ਨੂੰ ਲੈ ਕੇ ਆਇਆ ਤੇ ਆਲਰੇਡੀ ਉਸ ਦਾ ਵਿਰੋਧ ਤਾਂ ਸ਼ੁਰੂ ਹੋ ਗਿਆ ਨਾ ਜੀ ਨਾ ਅਸੀਂ ਤੇ ਜਿਹੜੀਆਂ ਆ ਜਿਨ੍ਹਾਂ ਦੇ ਇਸ ਤਰੀਕੇ ਦੇ ਨਾਲ ਇਹ ਲੂਪ ਹੋਲ ਨਹੀਂ ਬੰਦ ਹੋਣ ਦੇਣਾ ਸੋ ਇਹ ਹੁਣ ਦੇਖਣਾ ਪੈਣਾ ਆ ਵੀ ਜਿਹੜੇ ਇਸ ਸੈਕੰਡ ਅਮੈਂਡਮੈਂਟ ਨੂੰ ਪਿਆਰ ਵੀ ਕਰਦੇ ਨੇ ਵੀ ਉਹਨਾਂ ਉਹ ਕੀ ਚਾਹੁੰਦੇ ਨੇ ਵੀ ਅਜਿਹੇ ਪਾਗਲ ਲੋਕਾਂ ਦੇ ਹੱਥਾਂ ਦੇ ਵਿੱਚ ਇਡੇ ਮਾਰੂ ਹਥਿਆਰ ਜਿਹੜੇ ਉਹ ਲੱਗਦੇ ਰਹਿਣ ਵੀ ਇਹ ਕੋਈ ਚੰਗੀ ਗੱਲ ਹੈਗੀ ਆ ਵੀ ਇਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ بار بار ਜਿਹੜੀ ਉਹ ਵਾਪਰੀ ਜਾਵੇ ਸੋ ਸੋ ਬਿਲਕੁਲ ਆਪਾਂ ਸਰੋਤਿਆਂ ਦੱਸਦੇ ਆ ਜੀ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹੈਗੇ ਆ ਜਿਹੜਾ ਆਪਣੀ ਕਮਿਊਨਿਟੀ ਨਾਲ ਬਹੁਤ ਵੱਡਾ ਦੁਖਾਂਤ ਵਾਪਰਿਆ ਹੈਗਾ ਇੰਡੀਅਨ ਐਪਲਸ ਇੰਡੀਆਨਾ ਦੇ ਵਿੱਚ ਜੇ ਤੁਹਾਡੇ ਕੋਈ ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦੀ ਕੋਈ ਇਨਫੋਰਮੇਸ਼ਨ ਹੈਗੀ ਆ ਜਾਣ ਪਛਾਣਾ ਜਰੂਰ ਤੁਸੀਂ ਉਹਨਾਂ ਕੋ ਅਪਡੇਟਡ ਇਨਫੋਰਮੇਸ਼ਨ ਆ ਕਾਲ ਕਰਕੇ ਸਾਂਝੀ ਕਰ ਸਕਦੇ ਹੋ 408 272 5200 ਤੇ 4082725200 ਤੇ ਤੇ ਬਾਕੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ ਬਹੁਤ ਸਾਰਿਆਂ ਦੇ ਰਿਸ਼ਤੇਦਾਰ ਉੱਥੇ ਇੰਡੀਆਨਾ ਚ ਰਹਿੰਦੇ ਹੋਣਗੇ ਜ਼ਰੂਰ ਤੁਸੀਂ ਕਾਲ ਕਰਕੇ ਉਹਨਾਂ ਤੋਂ ਜ਼ਰੂਰ ਉਹਨਾਂ ਦੇ ਨਾਲ ਅਪਡੇਟ ਸਾਂਝੀ ਕਰ ਲਿਓ ਪਤਾ ਕਰ ਲਿਓ ਤੇ ਫੈਡੈਕਸ ਦੇ ਚੇਅਰਮੈਨ ਜਿਹੜੇ ਆ ਉਹਨਾਂ ਨੇ ਥੋੜਾ ਸਮਾਂ ਹੀ ਪਹਿਲਾਂ ਜਿਹੜਾ ਕਨਫਰਮ ਕੀਤਾ ਹੈਗਾ ਵੀ ਇਹ ਜਿਹੜਾ 19 ਸਾਲਾਂ ਦਾ ਜਿਹੜਾ ਪਾਗਲ ਬੰਦਾ ਜਿਸ ਨੇ ਗੋਲੀਆਂ ਚਲਾਈਆਂ ਇਹ ਇਸ ਨੂੰ ਫਾਇਰ ਕੀਤਾ ਸੀ ਇਹ ਉੱਥੇ ਕੰਮ ਕਰਦਾ ਰਿਹਾ ਹੈਗਾ ਆ ਤੇ ਉਸਨੇ ਫੈਡੈਕਸ ਦੇ ਚੇਅਰਮੈਨ ਤੇ ਚੀਫ ਐਗਜ਼ੀਕਿਊਟਿਵ ਆਫ ਅਫੀਸਰ ਜਿਹੜੇ ਫਰੈਡਰਿਕ ਸੁਮਿਤ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸ਼ੂਟਿੰਗ ਆ ਬਹੁਤ ਹੀ ਸੈਂਸਲੈਸ ਐਕਟ ਆਫ ਵਾਇਲੈਂਸ ਹੈਗੀ ਆ ਵੀ ਅਸੀਂ ਬੁਰੀ ਤਰ੍ਹਾਂ ਇਸ ਦੇ ਨਾਲ ਟੁੱਟ ਗਏ ਹੈਗੇ ਆ ਤੇ इमोਸ਼ਨਲੀ ਅਸੀਂ ਜਿਹੜਾ ਆ ਪਰਿਵਾਰਕ ਮੈਂਬਰਾਂ ਦੇ ਨਾਲ ਹੈਗੇ ਆ ਇਹ ਉਹਨਾਂ ਨੇ ਈਮੇਲ ਜਿਹੜੀ ਆ ਆਪਣੇ ਸਾਰੇ ਜਿਹੜੇ ਉਹਨਾਂ ਦੇ EMPLOYEES ਆ ਉਹਨਾਂ ਨੂੰ ਲੇਟਲੀ ਪੇਜੀ ਹੈਗੀ ਆ ਇੱਕ ਵਾਰ ਫੇਰ ਦੱਸਤੀ ਜਾਈਏ ਇੰਡੀਆਨਾ ਦੇ ਗਵਰਨਰ ਨੇ ਪੂਰੀ ਸਟੇਟ ਦੇ ਵਿੱਚ ਜਿਹੜੇ ਉੱਥੇ ਦਾ ਫਲੈਗ ਆ ਉਹਨੂੰ ਹਾਫ ਕਰਨ ਦੇ ਆਰਡਰ ਕਰ ਦਿੱਤੇ ਆ ਬਹੁਤ ਹੀ ਜਿਹੜੀ ਮਾੜੀ ਘਟਨਾ ਆ ਇਹ ਵਾਪਰੀ ਹੈਗੀ ਆ ਜੀ ਇਕੱਲੇ ਉਹਨਾਂ ਨੇ ਨਹੀਂ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਵੀ ਜਿਹੜਾ ਇਹ ਹਾਫ ਸਟਾਫ ਦੇ ਉੱਤੇ ਜਿਹੜੇ ਝੰਡੇ ਆ ਉਹ ਕਰਨ ਦੇ ਲਈ ਜਿਹੜਾ ਉਹ ਆਦੇਸ਼ ਆ ਉਹ ਦਿੱਤੇ ਹੈਗੇ ਆ ਸੋ ਹਰ ਹਾਲੀ ਸਾਰੀਆਂ ਅਪਡੇਟ ਖਬਰਾਂ ਆਉਣੀਆਂ ਸ਼ੁਰੂ ਹੋ ਰਹੀਆਂ ਜਿੰਨਾ ਵੀ ਮੇજર ਮੀਡੀਆ ਯੂ ਐਸ اے ਟੂਡੇ ਨਿਊਯਾਰਕ ਟਾਈਮਸ ਸੀ ਐਨ ਐਨ ਫਾਕਸ ਉਹ ਹੁਣ ਥੋੜੀ ਥੋੜੀ ਅਪਡੇਟ ਦੇਣੀ ਸ਼ੁਰੂ ਕਰ ਦਿੱਤੀ ਆ ਇੱਕ ਵਾਰੀ ਫੇਰ ਦੱਸ ਦਈਏ ਸਰੋਤਿਆਂ ਨੂੰ ਕੱਲ ਰਾਤੀ 10:30 ਵਜੇ ਇਸ ਸਦਾਈ ਬੰਦੇ ਨੇ ਫੈਡ ਐਕਸ ਦਾ ਜਿਹੜਾ ਵੇਅਰ ਹਾਊਸ ਆ ਜਿੱਥੇ ਬਹੁਤ ਵੱਡੀ ਗੰੰਤੀ ਚ ਪੰਜਾਬੀ ਕੰਮ ਕਰਦੇ ਆ ਉੱਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਿਫਟ ਚੇਂਜ ਹੋਣੀ ਸੀ ਤੇ ਪਹਿਲਾਂ ਚਾਰ ਜਣੇ ਆ ਜਿਹੜੇ ਬਾਹਰ ਗੋਲੀਆਂ ਨਾਲ ਮਾਰਤੇ ਫਿਰ ਅੰਦਰ ਜਾ ਕੇ ਚਾਰ ਜਣੇ ਮਾਰੇ ਫਿਰ ਆਪਣੇ ਆਪ ਨੂੰ ਉਹਨ ਜਿਹੜੀ ਗੋਲੀ ਮਾਰ ਕੇ ਮਾਰ ਲਿਆ ਤੇ 8 ਜਣੇ ਕਨਫਰਮ ਜਿਨ੍ਹਾਂ ਦੀ ਮੌਤ ਹੋ ਗਈ ਆ 5 ਜਣੇ ਜਿਹੜੇ ਬੁਰੀ ਤਰ੍ਹਾਂ ਫੱਟੜ ਆ ਇੱਕ ਬਹੁਤ ਸੀਰੀਅਸ ਆ ਤੇ ਆਪਾਂ ਦੱਸਿਆ ਸੀ ਕਨਫਰਮਡ ਰਿਪੋਰਟ ਤਾਂ ਨਹੀਂ ਆਈ ਹਜੇ ਨਾਮ ਨਹੀਂ ਡਿਸਕਲੋਜ਼ ਕੀਤੇ ਵਿਕਟਮਸ ਦੇ ਪਰ ਕਈ ਰਿਸ਼ਤੇਦਾਰ ਜਾਂ ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਪਹਿਲਾਂ ਨਨਦੀਪ ਸਿੰਘ ਹਣੀ ਵੀ ਜਕਾਰਾ ਮੂਵਮੈਂਟ ਤੋਂ ਦੱਸਿਆ ਸੀ ਪਈ ਤਿੰਨ ਪੰਜਾਬੀ ਬੀਬੀਆਂ ਜਿਹੜੀਆਂ ਆ ਲੇਡੀਜ਼ ਉੱਥੇ ਕੰਮ ਕਰਦੀਆਂ ਸੀ ਆ ਉਹ ਕਨਫਰਮ ਹੋਈ ਆ ਉਹਨਾਂ ਦੀ ਮੌਤ ਹੋ ਗਈ ਆ ਇੱਕ ਜਾਣਾ ਇੱਕ ਜਿਹੜਾ ਪੰਜਾਬੀ ਭਰਾ ਸੀ ਆਪਣਾ ਜਿਹੜਾ ਕਹਿੰਦੇ ਸਿਰਫ 3 ਮਹੀਨੇ ਪਹਿਲਾਂ ਜਿਹੜਾ ਇੰਡੀਆ ਤੋਂ ਇੱਥੇ ਆਇਆ ਸੀ ਇਮੀਗ੍ਰੇਸ਼ਨ ਬੇਸ ਤੇ ਉੱਤੇ ਤੇ ਉਹ ਵੀ ਇਸ ਵਾਇਲੈਂਸ ਦੀ ਪੇਂਟਾ ਚੜ ਗਿਆ ਹੈਗਾ ਸੋ ਚਾਰ ਪੰਜਾਬੀ ਜਿਹੜੇ ਆ ਉਹ ਕਨਫਰਮ ਆ ਪਰ ਜਿਹੜਾ ਇੰਗਲਿਸ਼ মিডিਆ ਆ ਉਹ ਮੋਸਟਲੀ ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਆ ਭਈ ਮੈਜੋਰਟੀ ਦੇ ਵਿੱਚ ਜਿਹੜੇ ਸਿੱਖ ਆ ਉਹ ਇਸ ਵਾਇਲੈਂਸ ਦਾ ਸ਼ਿਕਾਰ ਹੋਏ ਹੈਗੇ ਆ ਜੀ ਅਰਜੋਤ ਸਿੰਘ ਜੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਡਿਵੈਲਪਡ ਨੇਸ਼ਨ ਆ ਉਹਨਾਂ ਨੇ ਜਿਹੜੇ ਫਾਇਰ ਆਰਮਜ਼ ਆ ਉਹਨਾਂ ਤੇ ਕਈ ਤਰੀਕੇ ਦੇ ਜਿਹੜੇ ਬੈਨ ਆ ਲਾਏ ਆ ਜਿੰਨਾ ਵਿਰੋਧ ਹਰਜੋਤ ਸਿੰਘ ਜੀ ਇੱਥੇ ਕਰੋਨਾ ਵਾਇਰਸ ਦੀ ਵੈਕਸੀਨ ਦਾ ਹੋ ਰਿਹਾ ਜੇ ਕਿਤੇ ਇੰਨੇ ਲੋਕ ਮਰਦੇ ਨੇ ਇਸ ਜਿਹੜੇ ਦੇ ਕਰਕੇ ਜੇ ਇਸ ਚੀਜ਼ ਦੇ ਉੱਤੇ ਵੀ ਜ਼ੋਰ ਜਿਹੜਾ ਲਾਇਆ ਹੋਵੇ ਤਾਂ ਸ਼ਾਇਦ ਆਪਾਂ ਕਈ ਹਜ਼ਾਰਾਂ ਹੀ ਲੋਕ ਐਵਰੀ ਈਅਰ ਜਿਹੜੇ ਆ ਇਸ ਇਸ ਅਜਾਈਂ ਜਿਹੜੀਆਂ ਜਾ ਰਹੀਆਂ ਜਾਂਦਾ ਆ ਉਹਨਾਂ ਨੂੰ ਆਪਾਂ ਬਚਾ ਸਕਦੇ ਆ 38000 ਤੋਂ ਵੱਧ ਮੌਤਾਂ 2017 ਸਾਲ ਦੇ ਵਿੱਚ 39773 ਮੌਤਾਂ ਜਿਹੜੀਆਂ ਬੰਦੂਕ ਦੇ ਨਾਲ ਚੱਲਣ ਵਾਲੀਆਂ ਜਿਹੜੀਆਂ ਗੋਲੀਆਂ ਉਸ ਦੇ ਕਰਕੇ ਜਿਹੜੀਆਂ 2017 ਦੇ ਵਿੱਚ ਹੋਈਆਂ ਆ ਸੀਗੀਆਂ ਸੋ ਲਗਾਤਾਰ ਹਰ ਸਾਲ ਹਜ਼ਾਰਾਂ ਹੀ ਲੋਕ ਗਨ ਵਾਇਲੈਂਸ ਦਾ ਜਿਹੜਾ ਆ ਉਹ ਸ਼ਿਕਾਰ ਹੋ ਰਹੇ ਨੇ ਅਮਰੀਕਾ ਦੇ ਵਿੱਚ ਤੇ ਇਸ ਦੇ ਉੱਤੇ ਤਾਂ ਜ਼ਰੂਰ ਜਿਹੜਾ ਆ ਉਹ ਕਾਬੂ ਰੱਖਣ ਦੀ ਇਸ ਨੂੰ ਕੰਟਰੋਲ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਬਹੁਤ ਹੀ ਜ਼ਿਆਦਾ ਮੰਦਭਾਗੀ ਜਿਹੜੀ ਆ ਇਹ ਘਟਨਾ ਜਿਹੜੀ ਉਹ ਆ ਵਾਪਰੀ ਹੈਗੀ ਆ ਤੇ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਬੰਦਣਾ ਹੁਣ ਲੋਕ ਜਿਹੜੇ ਹਰਜੋਤ ਸਿੰਘ ਜੀ ਹਰ ਇੱਕ ਨਿੱਕੀ ਨਿੱਕੀ ਗੱਲ ਦੇ ਉੱਤੇ ਉਹਨਾਂ ਨੂੰ ਫਿਰ ਤਾਂ ਡਰੀ ਲੱਗਦਾ ਰਹੂਗਾ ਗੁਰਦੁਆਰੇ ਜਾਣ ਤੋਂ ਵੀ ਲੋਕੀ ਡਰਨਗੇ ਨਿਆਣਿਆਂ ਨੂੰ ਸਕੂਲੇ ਘੱਲਣ ਤੋਂ ਡਰਨਗੇ ਸ਼ੌ ਪਿੱਛੇ ਦੇਖੋ ਗ੍ਰੋਸਰੀ ਸਟੋਰ ਚ ਰਾਡੋ ਚ ਆਦੇ ਵਿੱਚ ਹੁਣ ਇੱਥੇ ਕੰਮ ਕਰਨ ਦੇ ਉੱਤੇ ਜਿਹੜਾ ਇਹ ਹੋ ਰਿਹਾ ਬੰਦਾ ਜਾਵੇ ਤੇ ਜਾਵੇ ਸਕੂਲ ਦੇ ਵਿੱਚ ਘਰ ਹੀ ਰਵੇ ਫਿਰੇ ਰਮਨ ਯਾਨ ਉਹ ਇਹ ਤੇ ਰਹਿ ਕੀ ਗਿਆ ਆ ਵੀ ਜਿੱਥੇ ਵੀ ਬੰਦਾ ਕੋਈ ਜਿਹੜਾ ਬਿਜ਼ਨਸ ਨੂੰ ਲੈ ਕੇ ਜਿਹੜਾ ਉਹ ਕਰ ਲੋ ਉਥੇ ਜਿਹੜਾ ਇਸ ਤਰੀਕੇ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਹੈਗਾ ਆ ਵੀ ਕੀ ਜਿਹੜਾ ਇਸ ਦੇ ਵਿੱਚ ਬਣੂਗਾ ਸੋ ਪਤਾ ਨਹੀਂ ਕਦੋਂ ਜਿਹੜੀ ਇਸ ਚੀਜ਼ ਦੇ ਉੱਤੇ ਜਿਹੜਾ ਉਹ ਕਾਬੂ ਜਿਹੜਾ ਉਹ ਆਵੇਗਾ ਤੇ ਅਫਸੋਸ ਵਾਲੀ ਗੱਲ ਆ ਵੀ ਥਾਟ ਇਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਵਾਇਲੈਂਸ ਕਰ ਸਕਦਾ ਹੈ ਫਿਰ ਵੀ ਜਿਹੜਾ ਆ ਉਸ ਦੇ ਉੱਤੇ ਕੁਝ ਬਹੁਤੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਸੋ ਜਵਾਬ ਦੇਈ ਜਿਹੜੀ ਆ ਉਹਨਾਂ ਤੋਂ ਵੀ ਨਾਲ ਦੇ ਨਾਲ ਜਿਹੜੀ ਉਹ ਬਣਦੀ ਹੈਗੀ ਆ ਤੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਹੁਣ ਜਿਹੜਾ ਆਪਣੇ ਪ੍ਰੋਗਰਾਮ ਆ ਉਸ ਨੂੰ ਤਾਂ ਇੱਥੇ ਹੁਣ ਸਮਾਪਤ ਕਰਾਂਗੇ ਸ਼ਾਮ ਤਾਈਂ ਜਿੰਨੀਆਂ ਹੋਰ ਅਪਡੇਟਸ ਹੋਈਆਂ ਫਿਰ ਸ਼ਾਮ ਦੇ ਸ਼ਾਮ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੀ ਤੇ ਹੋਰ ਵੀ ਸਾਡੇ ਇੰਡੀਆਨਾਂ ਵਿੱਚ ਵੀ ਆਪਣੇ ਸਰੋਤੇ ਹੈਗੇ ਆ ਜੇ ਕਿਸੇ ਨੂੰ ਅਪਡੇਟ ਹੋਈ ਜਰੂਰ ਸਾਨੂੰ ਕਾਲ ਕਰਕੇ ਪੰਜਾਬੀ ਜਿਹੜੀ ਯੂਐਸਏ ਦੇ ਸਟੂਡੀਓ 408 2725200 ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਫਿਰ ਆਪਣੇ ਸਾਰੇ ਆਪਣੇ ਜਿੰਨੇ ਸਰੋਤੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੀ ਬਹੁਤ ਹੀ ਦੁਖਦਾਈ ਅੱਜ ਘਟਨਾ ਵਾਪਰੀ ਹੈਗੀ ਆ ਪੰਜਾਬੀਆਂ ਦਾ ਬਹੁਤ ਜ਼ਿਆਦਾ ਜਿਹੜੇ ਸਿੱਖਾਂ ਦਾ ਮੋਰਲੀ ਵੀ ਸਾਰਾ ਕੁਝ ਜਿੱਦਾਂ ਜਦੋਂ ਇਦਾਂ ਹੁੰਦੀ ਹੈ ਡਰ ਬਹੁਤ ਪੈਦਾ ਹੁੰਦਾ ਹੈਗਾ ਹਰ ਇੱਕ ਬੰਦੇ ਨੂੰ ਤੇ ਬਹੁਤ ਮਾੜੀ ਘਟਨਾ ਵਾਪਰੀ ਆ ਉਹ ਤੁਹਾਨੂੰ ਫਿਰ ਅਸੀਂ ਅਪਡੇਟ ਕਰਦੇ ਰਹਾਂਗੇ ਜੀ ਜੀ ਬਿਲਕੁਲ ਸੋ ਅੱਥੇ ਆਪਾਂ ਜਿਹੜੇ ਹਰਜੋਤ ਸਿੰਘ ਜੀ ਜਾਸ ਲੈਨੇ ਆ ਪ੍ਰਮਾਤਮਾ ਉਹਨਾਂ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਬਲ ਬਖਸ਼ੇ ਸਾਰੀ ਸਮੂਹ ਸਮੁੱਚੀ ਕੌਮ ਸਾਰੇ ਜਾਣੇ ਜਿਹੜਿਆ ਉਹ ਇਸ ਇਨ੍ਹਾਂ ਪਰਿਵਾਰਾਂ ਦੇ ਨਾਲ ਇਹੀ ਆਪਾਂ ਜਿਹੜਾ ਉਹ ਆਖਦੇ ਆ ਹੁਣ ਆਪਾਂ ਜਾਸ ਲੈਨੇ ਆ ਜੀ ਕੋਈ ਫਿਰ ਬੇਨਤੀ ਜ਼ਰੂਰ ਕਰਾਂਗੇ ਆਪਣੇ ਜਿੰਨੇ ਵੀ ਗੁਰੂ ਘਰ ਹੈਗੇ ਆ ਸ਼ਾਮ ਨੂੰ ਜਰੂਰ ਰਹਿਰਾ ਸਾਹਿਬ ਤੋਂ ਬਾਅਦ ਜਿੰਨੇ ਵੀ ਜਿਹੜੇ ਵਿਕਟਮਸ ਹੈਗੇ ਆ ਉਹਨਾਂ ਦੇ ਲਈ ਅਰਦਾਸ ਜਰੂਰ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਸ਼ੁਰੂ ਕਰਿਓ ਤੇ ਵੀਕਐਂਡ ਦੇ ਉੱਤੇ ਵੀ ਹੁਣ ਹੈਗਾ ਐਤਵਾਰ ਨੂੰ ਤਕਰੀਬਨ ਜਿੱਥੇ-ਜਿੱਥੇ ਵੀ ਪ੍ਰੋਗਰਾਮ ਹੋਣੇ ਆ ਇਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਇਹ ਵਿਛੜੀਆਂ ਰੂਹਾਂ ਨੂੰ ਜਿਹੜਾ ਹੋਈ ਜਰੂਰ ਆਪਣੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਰੱਖਿਓ ਤੇ ਰਾਸ ਲੈਨੇ ਆ ਸਭ ਨੂੰ ਸਤ ਸ੍ਰੀ ਅਕਾਲ